ਸਿੱਖਾਂ ਨੂੰ ਲੱਸੀ ਕਹਿਣਾ, ਆ ਖਾਲਿਸਤਾਨੀ ਕਹਿਣਾ, ਆ ਕਿੱਥੋਂ ਦੀਆਂ ਗੱਲਾਂ ਸ਼ੁਰੂ ਹੋਈਆਂ? ਆ ਇੰਸਟਾਗ੍ਰਾਮ ਦੇ ਰੀਲਾਂ ਤੋਂ ਸ਼ੁਰੂ ਹੋਈਆਂ। ਮੈਂ ਬਹੁਤ ਹਜ਼ਾਰਾਂ ਕਮੈਂਟ ਪੜ੍ਹੇ ਜਿੱਥੇ ਪੀਣੇ ਕਹਿ ਕੇ ਲਿਖਿਆ ਜਾਂਦਾ ਸੀ, ਉਦੋਂ ਤੁਸੀਂ ਕਦੇ ਨੀ ਇਹ ਗੱਲ ਸ਼ੁਰੂ ਬਿਲਕੁਲ ਬੋਲਿਆ ਵੀ ਉਹ ਵੀ ਜੇ ਲੱਸੀ ਕਹਿਣਾ ਗਲਤ ਸੀ ਤਾਂ ਮੂਤ ਪੈਣਾ ਕਹਿਣਾ ਵੀ ਗਲਤ ਸੀ। ਬਿਲਕੁਲ ਗਲਤ ਹੈ, ਕਿਉਂ ਨਹੀਂ ਗਲਤ? ਮੈਂ ਤਾਂ ਕਹਿੰਦਾ ਪੰਜਾਬੀਆਂ ਦੇ, ਮੁੰਡਿਆਂ ਦੇ, ਪੰਜਾਬੀ ਵੱਡਿਆਂ ਦੇ 40-50 ਸਾਲ ਵਾਲਿਆਂ ਦੇ, ਪੰਜਾਬ ਦੀਆਂ ਕੁੜੀਆਂ ਦੀਆਂ ਇੰਸਟਾਗ੍ਰਾਮ ਆਈਡੀਆਂ ਥੱਲੇ ਕਮੈਂਟ ਦੇਖ ਲਿਆ ਕਰੋ, ਸ਼ਰਮ ਆ ਜਾਂਦੀ ਹੈ ਬਜ਼ੁਰਗਾਂ ਦੇ। ਬਿਲਕੁਲ, ਤੇ ਉਹ ਜਿਵੇਂ ਤੁਹਾਨੂੰ ਮੀਡੀਆ ਨੇ ਦਿਖਾ, ਚੈਨਲਾਂ ਨੇ ਦਿਖਾਤਾ, ਉਹ ਪਾਪਾ ਜੀ ਕਹਿ ਕੇ ਲੱਸੀ ਤੇ ਭਟੂਰੇ ਚੁੱਲੇ, ਇਹਨਾਂ ਨੇ ਸਿੱਖਾਂ ਨੂੰ ਲੱਸੀ ਕਹਿਣਾ ਸ਼ੁਰੂ ਕਰਤਾ। ਮੈਂ ਹੱਸਦਾ ਹੁੰਦਾ, ਮੈਂ ਕਈ ਵਾਰ ਪੁੱਛਦਾ ਹੁੰਦਾ ਗੁਜਰਾਤੀਆਂ ਨੂੰ, ਪੁੱਛੋ ਜਾ ਕੇ ਵੀ ਤੁਹਾਨੂੰ ਕੋਈ ਥੇਪਲਾ ਫਾਫਰਾ ਕਹਿ ਕੇ ਤੁਹਾਨੂੰ ਕੋਈ ਗੱਲ ਕਰਦਾ? ਤੁਸੀਂ ਕਦੇ ਬੰਬੇ ਜਾ ਕੇ ਬੰਬੇ ਦੇ ਯੂਥ ਨੂੰ ਤੁਸੀਂ ਵੜਾ ਪਾਓ ਕਹੋਗੇ? ਕੀ ਤੁਸੀਂ ਉਹਨਾਂ ਨੂੰ ਇਦਾਂ ਕਰ ਕੌਣ ਰਿਹਾ? ਤੁਸੀਂ ਸਾਊਥ ਵਾਲੇ ਨੂੰ ਡੋਸਾ ਕਹੋਗੇ? ਮਤਲਬ ਕੌਣ ਰਿਹਾ? ਇਹ ਸਿਰਫ ਅੱਗੇ ਹੁੰਦਾ ਸੀ ਨਾ ਕਿ ਆਈਟੀ ਸੈੱਲ ਬੈਠੇ ਆ ਉਹ ਕਰਦੇ ਆ, ਹੁਣ ਆਮ ਲੋਕ ਇਹਦੇ 'ਚ ਵੜੀ ਆ। ਇਹ ਕੋਈ ਹਿੰਦੂ ਜਾਂ ਸਿੱਖ ਨਹੀਂ ਹੋ ਰਿਹਾ, ਇਹ ਕਲਚਰ ਹੋ ਰਿਹਾ, ਇਹ ਕਲਚਰ ਦੀ ਬਰਬਾਦੀ ਹੈ। ਇਹ ਹਿੰਦੂ ਸਿੱਖ ਦਾ ਇਹਦੇ 'ਚ ਲੈਣਾ ਦੇਣਾ ਹੀ ਨਹੀਂ ਹੈ, ਰਾਜਨੀਤੀ ਦਾ ਵੀ ਲੈਣਾ ਦੇਣਾ ਨਹੀਂ ਹੈ। ਸਾਨੂੰ ਕੋਈ ਲੱਸੀ ਕਹਿਤਾ, ਅਸੀਂ ਉਹਨੂੰ ਨੇ ਕਹਿਤਾ, ਅਸੀਂ ਇਹਦੇ 'ਚ ਉਲਝ ਗਏ, ਸਾਡਾ ਮੈਂਟਲ ਲੈਵਲ ਕਿੱਥੇ ਗਿਆ? ਤੇ ਅੱਜ ਤੁਸੀਂ ਯੂਥ ਆਈਕਨ ਕਿਹਨੂੰ ਬਣਾ ਕੇ ਰੱਖਤਾ, ਜਿਹਨਾਂ ਦਾ ਕੰਮ ਹੀ ਦੋ ਬੰਦਿਆਂ ਨੂੰ ਦੂਜਿਆਂ ਨੂੰ ਗਾਣਾ ਦੇਣਾ ਤੇ ਯੂਥ ਸਵਾਦ ਲਈ ਜਾਂਦਾ? ਜੇ ਕੋਈ ਪੰਜਾਬ ਦੀ ਕੁੜੀ ਖੁੱਲ੍ਹ ਕੇ ਆਪਣੇ ਹੱਕਾਂ ਦੀ ਗੱਲ ਕਰ ਦਿੰਦੀ ਹੈ, ਉਹਦੇ ਥੱਲੇ ਜਿੱਦਾਂ ਦੇ ਕਮੈਂਟਸ ਹੁੰਦੇ ਆ, ਪ੍ਰੋਸਟੀਟਿਊਟਸ ਤੱਕ ਅਸੀਂ ਉਹਨਾਂ ਨੂੰ ਕਹਿਣ 'ਚ ਚਲੇ ਜਾਂਦੇ ਹਾਂ ਪੰਜਾਬੀ ਭਾਸ਼ਾ ਦੇ ਵਿੱਚ। ਦੇਸ਼ ਹੁਣ ਆਹ ਹੋ ਗਿਆ ਵੀ ਦੇਸ਼ ਦਾ ਯੂਥ ਇੰਨੇ 'ਚ ਉਲਝ ਕੇ ਰਹਿ ਗਿਆ, ਤਾਂ ਹੀ ਤਾਂ ਹਾਲ ਇਹ ਹੈ ਵੀ ਐਲਵਿਸ਼ ਯਾਦਵ ਵਰਗੀਆਂ ਦੀਆਂ ਗੱਲਾਂ ਨੈਸ਼ਨਲ ਨਿਊਜ਼ ਬਣ ਜਾਂਦੀਆਂ। ਐਲਵਿਸ਼ ਯਾਦਵ ਦੇਸ਼ ਦਾ ਸਟਾਰ ਹੈ, ਯੂਥ ਆਈਕਨ ਬਣ ਗਿਆ। ਦੇਖੋ ਯੂਥ ਆਈਕਨ ਬਣ ਗਿਆ, ਕਿਉਂਕਿ ਸਾਰਾ ਦੇਸ਼ ਹੀ ਛੱਪਰੀ ਬਣਾ ਰਿਹਾ ਹੈ। ਨੌਨਸੈਂਸ ਆਦਮੀ, ਮਤਲਬ ਮੈਂ ਇਹ ਕਹਿੰਦਾ ਵੀ ਇਹਨੂੰ ਮੈਂ ਛੱਪਰੀ ਕਹਿੰਦੇ ਨਾ, ਮਤਲਬ ਤੁਹਾਡੇ ਕੋਲੇ ਉਹ ਇੰਟੈਲੈਕਚੁਅਲ ਮਾਈਂਡਸ ਕਿੱਥੇ ਰਹਿ ਗਏ ਜਿਹਨੂੰ ਅਸੀਂ ਫੋਲੋ ਕਰਦੇ ਸੀਗੇ? ਖਤਮ ਹੋ ਗਏ। ਸ਼ਰਮ ਤਾਂ ਉੱਥੇ ਆਉਂਦੀ ਹੈ ਜਦ ਖੱਟੜ ਵਰਗੇ ਮੁੱਖ ਮੰਤਰੀ ਉਹਨਾਂ ਨੂੰ ਸਨਮਾਨਿਤ ਕਰਦੇ ਆ, ਜਦ ਉਹਨਾਂ ਦੀਆਂ ਐਲਵਿਸ਼ ਯਾਦਵ ਦੀ ਰੈਲੀ ਦੇ ਵਿੱਚ ਜਾ ਕੇ ਉਹਨੂੰ ਸਨਮਾਨਿਤ ਕਰਦਾ ਹੈ। ਚੋਣਾਂ ਦਾ ਐਲਾਨ ਹੋਇਆ ਤੇ ਪੰਜਾਬ ਦਾ ਨੌਜਵਾਨ ਭਾਵੇਂ ਬ੍ਰੈਂਪਟਨ 'ਚ ਬੈਠਾ, ਕੈਨੇਡਾ 'ਚ, ਭਾਵੇਂ ਸਿਡਨੀ ਆਸਟ੍ਰੇਲੀਆ 'ਚ ਬੈਠਾ ਤੇ ਭਾਵੇਂ ਲੁਧਿਆਣੇ 'ਚ ਬੈਠਾ, ਚਿੰਤਾ ਪੰਜਾਬ ਨੂੰ ਲੈ ਕੇ ਹਮੇਸ਼ਾ ਰੱਖਦਾ, ਬੈਠਾ ਝੁਰੀ ਜਾਂਦਾ, ਸੋਚਦਾ ਕਿ ਕੀ ਕਰਾਂਗੇ ਯਾਰ, ਕਿਵੇਂ ਠੀਕ ਹੋਊਗਾ ਸਾਡਾ ਸਿਸਟਮ, ਨਸ਼ੇ, ਬੇਰੁਜ਼ਗਾਰੀ, ਪਲਾਇਨ ਹੋ ਰਿਹਾ ਸਾਡਾ, ਮਾਈਗ੍ਰੇਸ਼ਨ ਅਸੀਂ ਕਹਿ ਦਿੰਦੇ ਹਾਂ, ਅਸੀਂ ਕਰਮ ਅਤੇ ਧਰਮ ਤੋਂ ਵੀ ਦੂਰ ਹੁੰਦੇ ਜਾਂਦੇ ਹਾਂ, ਫਿਰ ਕੌਣ ਬਚਾਊਗਾ ਸਾਨੂੰ? ਨੌਜਵਾਨਾਂ ਦਾ ਪੱਖ ਰੱਖਾਂਗੇ, ਅੱਜ ਗੱਲ ਕਰਾਂਗੇ IOC ਦੇ ਫਾਊਂਡਰ ਗੌਰਵ ਦੀਪ ਸਿੰਘ ਹੋਣਾ ਦੇ ਨਾਲ, ਜਿਹੜੇ ਪਿਛਲੇ ਇੱਕ ਦਹਾਕੇ ਤੋਂ ਘਰ ਘਰ ਜਾ ਕੇ ਕਹਿ ਰਹੇ ਆ ਕਿ ਵੋਟ ਜ਼ਰੂਰ ਪਾਇਆ ਕਰੋ। ਵੋਟ ਪਾਉਣਾ ਸਾਡਾ ਰਾਈਟ ਤਾਂ ਹੈ ਹੀ, ਪਰ ਵੋਟ ਪਾਉਣਾ ਜਾਗਰੂਕਤਾ ਵੀ ਹੈ, ਇਹ ਸਮਾਜ ਨੂੰ ਬਦਲ ਸਕਦੇ ਹੋ ਤਾਂ ਵੋਟ ਨਾਲ ਬਦਲ ਸਕਦੇ ਹੋ। ਗੌਰਵ, ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਸਿਮਰਨਜੋਤ ਜੀ। ਵੋਟ ਬਦਲ ਸਕਦੀ ਹੈ ਵਾਕਈ? ਦੇਖੋ ਜੀ, ਮੇਰਾ ਇਹ ਮੰਨਣਾ ਹੈ ਕਿ ਜਿੰਨਾ ਮੈਨੂੰ ਹੁਣ ਤੁਸੀਂ ਕਿਹਾ, ਜਿਵੇਂ ਇੱਕ ਦਹਾਕੇ ਤੋਂ, ਮੈਂ 2014 'ਚ ਪਹਿਲੀ ਵਾਰੀ ਇਲੈਕਸ਼ਨਾਂ ਦੇ ਵਿੱਚ ਜਾਗਰੂਕਤਾ ਕਰਨੀ ਸ਼ੁਰੂ ਕੀਤੀ ਸੀ। ਮੈਂ 17 ਸਾਲ ਦਾ ਸੀ ਉਦੋਂ ਮੈਂ ਆਪ ਵੀ ਵੋਟ ਪਾਉਣ ਜੋਗਾ ਨਹੀਂ ਸੀ, ਤੇ ਅੱਜ 10 ਸਾਲ ਹੋ ਚੱਲੇ ਆ। ਮੇਰਾ 10 ਸਾਲ ਦਾ ਐਕਸਪੀਰੀਅੰਸ ਕਹਿੰਦਾ ਕਿ ਬੜਾ ਬੇਸਿਕ ਜਿਹਾ ਮੈਥ ਹੈ ਇਲੈਕਸ਼ਨ, ਇਲੈਕਸ਼ਨ ਮੈਥਮੈਟਿਕਸ ਹੈ। ਮੈਥਮੈਟਿਕਸ ਦੇ ਵਿੱਚ ਜਿੰਨੇ ਨੰਬਰ ਘਟੀ ਜਾਣਗੇ ਓਨੇ ਡਿਕਟੇਟਰਸ਼ਿਪ ਵਧੀ ਜਾਊਗੀ, ਵਧੀ ਜਾਊਗੀ। ਜਿੰਨੇ ਨੰਬਰ ਵਧੀ ਜਾਣਗੇ ਓਨੇ ਡੈਮੋਕ੍ਰੇਸੀ ਸਟਰੋਂਗ ਹੁੰਦੀ ਜਾਊਗੀ। ਇਹਦਾ ਉਦਾਹਰਣ ਤੁਹਾਨੂੰ ਇੱਕ ਬੇਸਿਕ ਮੈਥ ਤੋਂ ਹੀ ਸਮਝਾ ਦਿੰਦੇ ਹਾਂ। 100 ਬੰਦੇ ਹੈ ਪੂਰੇ ਦੇਸ਼ 'ਚ, 100 ਬੰਦਿਆਂ ਨੇ ਆਪਣਾ ਪ੍ਰਧਾਨ ਮੰਤਰੀ ਚੁਣਨਾ, 100 ਬੰਦਿਆਂ 'ਚੋਂ ਪਹਿਲਾਂ ਤਾਂ ਵੋਟਰ ਕਾਰਡ ਹੀ 70 ਨੇ ਬਣਵਾਇਆ। ਬਿਲਕੁਲ ਠੀਕ ਹੈ ਜੀ। ਹੁਣ 17 'ਚੋਂ ਵੀ ਵੋਟ ਪੈਂਦੀ ਹੈ 55%। ਬਿਲਕੁਲ, ਮੰਨ ਲਓ 38 ਬੰਦਿਆਂ ਨੇ ਵੋਟ ਪਾਈ, 38 'ਚੋਂ ਜਿਹੜਾ ਬੰਦਾ ਪ੍ਰਧਾਨ ਮੰਤਰੀ ਬਣਦਾ ਉਹ 35% ਵੋਟਾਂ ਨਾਲ ਬਣਦਾ। ਦੈਟ ਮੀਨਸ 100 ਬੰਦਿਆਂ 'ਚੋਂ 13 ਬੰਦਿਆਂ ਨੇ ਮਿਲ ਕੇ ਪ੍ਰਧਾਨ ਮੰਤਰੀ ਚੁਣ ਲਿਆ।
ਬਿਲਕੁਲ, ਅਸੀਂ ਕਹਿੰਦੇ ਆ ਮੈਜੋਰਿਟੀ ਆ ਗਈ। ਮੈਂ ਹਾਸੇ ਵਾਲੀ ਗੱਲ ਸਾਰੇ ਨੌਜਵਾਨਾਂ ਨੂੰ ਇਹੀ ਸਮਝਾਉਣਾ ਵੀ ਹੁਣ ਮੰਨ ਲਓ ਫਿਰ ਵੋਟ ਬੈਂਕ ਦੀ ਪੋਲਿਟਿਕਸ ਕਿਉਂ ਨਹੀਂ ਹੋਊਗੀ, ਤੁਸੀਂ ਆਪ ਸਮਝ ਕੇ ਦੇਖੋ। 13 ਤਾਂ ਯਾਰ ਦੋਸਤ ਹੀ ਹੁੰਦੇ ਆ। ਬਿਲਕੁਲ ਠੀਕ ਹੈ ਕਿ ਇੰਨੇ ਕੁ ਤਾਂ ਬੰਦੇ ਇਸੇ ਲਈ ਧਰਮ ਦੀ ਰਾਜਨੀਤੀ ਹੈ ਨਾ। ਤੁਸੀਂ ਤੁਹਾਡੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਕਾਲਜ ਵੇਲੇ ਦੀ। ਕਾਲਜ ਦੇ ਵਿੱਚ ਇੱਕ ਗੱਲ ਮਸ਼ਹੂਰ ਸੀ ਕਿ ਹੋਸਟਲ 'ਚ ਰੋਜ਼ ਦਾਲ ਬਣਦੀ ਸੀ, ਰੌਲਾ ਪੈ ਗਿਆ। ਕਈਆਂ ਨੇ ਕਿਹਾ ਅਸੀਂ ਮਦਰਾਸ ਤੋਂ ਆਏ ਹਾਂ, ਕਿਸੇ ਨੇ ਕਿਹਾ ਮੈਂ ਮਲੋਟ ਤੋਂ ਉੱਠ ਕੇ ਆਇਆ, ਮੈਂ ਨੌਨ ਵੈਜ ਖਾਣਾ। ਮਦਰਾਸ ਵਾਲੇ ਨੇ ਕਿਹਾ ਡੋਸਾ ਵੀ ਬਣਾਇਆ ਕਰੋ। ਉਹ ਕਹਿੰਦੇ ਰੌਲਾ ਨਾ ਪਾਓ, ਆਪਾਂ ਵੋਟਾਂ ਕਰਾ ਲੈਂਦੇ ਹਾਂ। ਹਾਂਜੀ, ਵੋਟਾਂ ਹੋ ਗਈਆਂ। ਵੋਟਾਂ ਤੋਂ ਬਾਅਦ ਮਦਰਾਸ ਵਾਲਿਆਂ ਨੇ ਦੋ ਵੋਟਾਂ ਪਾਤੀਆਂ ਡੋਸੇ ਨੂੰ, ਮਲੋਟ ਵਾਲੇ ਨੇ ਮੇਰੇ ਅਰਗੇ ਨੇ ਪਾਤੀ ਕਿ ਅਸੀਂ ਨੌਨ ਵੈਜ ਬਣਾ ਦਿਆ ਕਰੋ, ਸਾਨੂੰ ਨਾਲ 5-7 ਹੋਰ ਜੋੜ ਲੈ, ਸਾਨੂੰ 7-8 ਵੋਟਾਂ ਪੈ ਗਈਆਂ ਚਿਕਨ ਦੀਆਂ। ਕਿਸੇ ਨੂੰ ਪੈ ਗਈ ਗੋਭੀ ਦੀ। ਪਤਾ ਲੱਗਿਆ 13 ਬੰਦੇ ਨਿਕਲੇ ਆਏ ਦਾਲ ਵਾਲੇ, ਤੇ ਵੋਟ ਜਦੋਂ ਪੂਰੀ ਹੋ ਗਈ ਤੇ ਉਹ 13 ਦਾਲ ਵਾਲਾ ਫਿਰ ਜਿੱਤ ਗਿਆ, ਤੇ ਬਾਕੀ ਜਿਹੜੇ 87 ਰਹਿ ਗਏ ਜਿਹੜੇ ਦਾਲ ਨਹੀਂ ਖਾਂਦੇ ਸੀ ਉਹ ਫਿਰ ਹਾਰ ਕੇ ਬਹਿ ਗਏ। ਉਹ ਫਿਰ ਹਾਰ ਕੇ ਬਹਿ ਗਏ। ਉਹ ਬੇਸਿਕ ਜੀ ਗੱਲ ਹੀ ਹੈ ਵੀ ਆਪਾਂ ਆਪਣਾ ਸਭ ਤੋਂ ਪਹਿਲਾ ਕੰਮ ਹੁੰਦਾ ਪਾਰਟ ਪਲੇ ਕਰਨਾ ਜੀ। ਅਸੀਂ ਕਹੀ ਜਾਂਦੇ ਹਾਂ ਲੋਕਤੰਤਰ ਮਰੀ ਜਾਂਦਾ, ਲੋਕਤੰਤਰ ਤੁਹਾਡੇ ਕਈ ਜਾਣ ਨਾਲ ਤਾਂ ਹੋਰ ਮਰੀ ਜਾਣਾ। ਪਰ ਤੁਸੀਂ ਮੈਨੂੰ ਇਹ ਦੱਸ ਰਹੇ ਸੀ ਆਫ ਕੈਮਰਾ ਕਿ ਲੋਕਾਂ 'ਚ ਰੋਸ ਹੈ ਇਸ ਵਾਰੀ, ਗੁੱਸਾ ਹੈ। ਤੁਸੀਂ ਘਰ ਘਰ ਜਾ ਰਹੇ ਹੋ ਜਾਂ ਤੁਸੀਂ ਇਸ ਵਾਰੀ ਕਿਸਾਨ ਮੇਲੇ ਤੇ ਗਏ, ਬਹੁਤ ਲੋਕਾਂ ਨੇ ਤੁਹਾਨੂੰ ਕਿਹਾ ਅਸੀਂ ਵੋਟ ਨਹੀਂ ਪਾਉਣਾ ਚਾਹੁੰਦੇ। ਹਾਂਜੀ, ਇਹ ਅੱਜ ਦਾ ਵੀ ਨਹੀਂ ਹੈ। ਮੈਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਨਾ ਅਫਵਾਹਾਂ ਫੈਲਾ ਦਿੱਤੀਆਂ ਜਾਂਦੀਆਂ। ਜਿਵੇਂ ਮੰਨ ਲਓ ਹੁਣ ਬੜੇ ਲੋਕੀ, ਇੱਕ ਬੜੇ ਟਾਈਮ ਤੋਂ ਗੱਲ ਹੋ ਰਹੀ ਜੀ EVM ਦੇ ਘਪਲੇ ਆ। ਮੈਨੂੰ ਬੜੀ ਦੇਰ ਹੋ ਗਈ ਵਿਚਰਦੇ ਆ, ਮੈਂ ਕੋਈ ਸਰਕਾਰੀ ਗੱਲ ਨਹੀਂ ਕਰਦਾ, ਮੈਂ ਕੋਈ ਸਰਕਾਰ ਦਾ ਮੁਲਾਜ਼ਮ ਨਹੀਂ ਆ, ਮੈਨੂੰ ਲੈਣਾ ਦੇਣਾ ਨਹੀਂ। ਮੈਂ ਦੇਖਿਆ ਕਿ EVM ਇੰਟਰਨੈਟ ਨਾਲ ਕਨੈਕਟਡ ਨਹੀਂ ਹੈ। ਕੋਈ ਚੀਜ਼ ਹੋ ਸਕਦੀ ਹੈ ਜੋ ਇੰਟਰਨੈਟ ਨਾਲ ਕਨੈਕਟਡ ਆ, ਠੀਕ ਹੈ ਜੀ। ਜਦੋਂ ਇੰਟਰਨੈਟ ਉਹ ਸਟੈਂਡ ਅਲੋਨ ਮਸ਼ੀਨ ਹੈ, ਸਟੈਂਡ ਅਲੋਨ ਮਸ਼ੀਨ ਹੈ, ਕੈਲਕੂਲੇਟਰ ਵਾਂਗ ਹੈ, 1+1 ਦੱਬੋਗੇ 2 ਆਣਾ। ਹਾਂ, ਹੁਣ ਹੋ ਸਕਦਾ ਸੀ ਵੀ EVM ਮੈਲ ਫੰਕਸ਼ਨ ਹੋ ਜਾਏ ਵੀ ਕਮਾਂਡ ਕੋਈ ਹੋਰ ਦਿੱਤੀ, ਨੰਬਰ ਕੋਈ ਹੋਰ ਆ ਗਿਆ, ਕੈਲਕੂਲੇਟਰ ਮੰਨ ਲਓ ਖਰਾਬ ਹੋ ਗਿਆ, ਇਸੇ ਲਈ ਉਹ VVPAT ਲੈ ਆਏ, ਠੀਕ ਹੈ ਜੀ। ਹੁਣ VVPAT ਵੀ ਆ ਗਈ ਸਾਡੇ ਕੋਲ, ਅਸੀਂ ਫਿਰ ਨਹੀਂ ਯਕੀਨ ਕਰਦੇ। ਮੈਂ ਕਹਿੰਦਾ ਜਦ ਮਾੜੇ ਕੰਮ ਹੋਣੇ ਆ ਨਾ, ਮੈਂ ਕਹਿੰਦਾ ਚਲੋ ਹੁੰਦੇ ਆ, ਮੈਂ ਕਹਿੰਦਾ ਹਲੇ ਵੀ ਕਪਲੇ ਹੁੰਦੇ ਹੋਣਗੇ, ਉਹ ਤਾਂ ਵੋਟਰ ਬੈਲਟ ਵੇਲੇ ਵੀ ਹੁੰਦੇ ਸੀ। ਜਦ ਪਰ ਤੁਸੀਂ ਕਹਿੰਦੇ ਹੋ ਕੱਲ ਮੈਂ ਕਿਸਾਨ ਮੇਲੇ ਤੇ ਗਿਆ, ਬੜੇ ਸਾਰੇ ਕਿਸਾਨ ਮੈਨੂੰ ਆ ਕਹਿੰਦੇ ਅਸੀਂ ਤਾਂ ਜੀ ਵੋਟਾਂ ਤਾਂ ਪਾਵਾਂਗੇ ਜੇ ਪਰਚੀਆਂ ਤੇ ਮੁੜ ਇਲੈਕਸ਼ਨ ਹੋਣਗੇ। ਹੁਣ ਤੁਹਾਡੇ ਕਹਿਣ ਨੂੰ ਜੇ ਪਰਚੀਆਂ ਤੇ ਕਰਾ ਵੀ ਲੈਣਗੇ, ਬੂਥ ਚੱਕ ਕੇ ਲੈਣਗੇ, ਤੁਸੀਂ ਕਰੋਗੇ? ਬੂਥ ਕੈਪਚਰਿੰਗ ਨਹੀਂ ਹੁੰਦੀ ਸੀ? ਹੁੰਦੀ ਸੀ। ਪਰਚੀਆਂ ਦੇ ਉੱਤੇ ਇੰਕ ਡੋਲਤੀ ਸਾਰੀ ਦੀ ਸਾਰੀ, ਉਹ ਵੀ ਤਾਂ ਹੁੰਦਾ ਵੇਖਿਆ। ਅਗਲੇ ਤੁਹਾਡਾ ਕੈਨਸਲ ਹੋ ਜਾਂਦੀ ਸੀ, ਵੋਟ ਹੀ ਕੈਨਸਲ ਹੋ ਜਾਂਦੀ ਸੀ, ਉਹ ਤੁਹਾਡਾ ਪੂਰਾ ਦਾ ਪੂਰਾ ਬੂਥ ਚੱਕ ਕੇ ਲੈ ਜਾਣਗੇ, ਤੁਸੀਂ ਕਰੋਗੇ? ਗੱਲ ਇਹੋ ਹੈ ਵੀ ਜਿਹੜਾ ਇੰਨਾ ਵੱਡਾ ਦੇਸ਼ ਹੈ, ਬੜੀਆਂ ਚੀਜ਼ਾਂ ਸਹੀ, ਬੜੀਆਂ ਚੀਜ਼ਾਂ ਗਲਤ ਹੁੰਦੀਆਂ। ਤੁਸੀਂ ਇਹ ਕਹਿ ਰਹੇ ਹੋ ਜਿਹੜੀ EVM ਵਾਲੀ ਗੱਲ ਹੈ, ਇਹ ਸੱਚ ਨਹੀਂ ਹੈ। EVM ਹੈਕ ਨਹੀਂ ਹੋ ਸਕਦੀ ਜੀ, EVM ਹੈਕ ਨਹੀਂ ਹੋ ਸਕਦੀ, ਮੈਲ ਫੰਕਸ਼ਨ ਹੋ ਸਕਦੀ ਹੈ। ਮੈਂ ਉਹੀ ਕਹਿ ਰਿਹਾ, ਹੈਕ ਕਿਹੜੀ ਚੀਜ਼ ਹੋਊਗੀ ਜਿਹੜੀ ਇੰਟਰਨੈਟ ਨਾਲ ਕਨੈਕਟਡ ਹੋਊਗੀ? ਜਦ ਮੇਰਾ ਫੋਨ ਇੰਟਰਨੈਟ ਨਾਲ ਕਨੈਕਟਡ ਨਹੀਂ ਹੈ, ਮੇਰਾ ਫੋਨ ਕਿਸੇ ਚੀਜ਼ ਨਾਲ ਕਨੈਕਟਡ ਹੀ ਨਹੀਂ ਹੈ, ਉਹ ਆਪਣੇ ਆਪ 'ਚ ਇੱਕ ਕੈਲਕੂਲੇਟਰ ਵਾਂਗ ਹੈ, ਤਾਂ ਉਹਦੇ ਵਿੱਚ ਖਰਾਬੀ ਤਾਂ ਆ ਸਕਦੀ ਹੈ ਵੀ ਮੈਂ ਕਮਾਂਡ ਕੋਈ ਹੋਰ ਦਿੱਤੀ, ਉਹਦਾ ਜਵਾਬ ਕੁਝ ਹੋਰ ਆ ਗਿਆ, ਪਰ ਉਹ ਹੈਕ ਨਹੀਂ ਹੋ ਸਕਦੀ। ਇਹ ਨਹੀਂ ਹੋ ਸਕਦਾ ਵੀ ਕੋਈ ਉਹਨੂੰ ਆਪਣੇ ਦਫ਼ਤਰ 'ਚ ਬਹਿ ਕੇ ਆਪਰੇਟ ਕਰ ਰਿਹਾ। ਅੱਛਾ, ਇਹ ਨਹੀਂ ਹੋ ਸਕਦਾ ਕਿਉਂਕਿ ਉਹ ਕੁਝ ਕਨੈਕਟਡ। ਜੇ ਬਦਲੀਆਂ ਹੀ ਜਾਣ, ਹਾਂ ਇਹ ਹੋ ਸਕਦਾ ਵੀ ਵੋਟਾਂ ਆਪਾਂ ਪਾ ਕੇ ਆਏ, ਪਤਾ ਲੱਗਿਆ ਸੈਂਟਰ ਤੋਂ ਮਸ਼ੀਨਾਂ ਚੱਕੀਆਂ ਗਈਆਂ, ਮਸ਼ੀਨਾਂ ਹੀ ਹੋਰ ਰੱਖਤੀਆਂ। ਬਿਲਕੁਲ, ਇਹ ਤਾਂ ਹੋਈ ਨਾ, ਇਹ ਤਾਂ ਇੱਕ ਲੌਜੀਕਲ ਪੋਸਿਬਿਲਟੀ ਹੋ ਗਈ ਵੀ ਇੰਨੀਆਂ ਮਸ਼ੀਨਾਂ ਇੱਥੋਂ ਬਦਲੀਆਂ ਜਾ ਸਕਦੀਆਂ, ਇਹ ਤਾਂ ਇੱਕ ਪੋਸਿਬਿਲਟੀ ਹੋ ਗਈ। ਪੂਰੇ ਦੇਸ਼ 'ਚ ਨਹੀਂ ਹੋ ਸਕਦਾ ਉਹ ਵੀ, ਪੂਰੇ ਦੇਸ਼ 'ਚ ਨਹੀਂ। ਉਹ ਕਿਤੇ ਕਿਤੇ ਤੁਹਾਨੂੰ ਲੱਗਦਾ ਵੀ ਜਿੱਥੇ ਤੁਹਾਡੀ ਐਡਮਿਨਿਸਟ੍ਰੇਸ਼ਨ ਮਜ਼ਬੂਤ ਨਹੀਂ ਹੋਏਗੀ ਜਾਂ ਪੁਲਿਸ ਮਜ਼ਬੂਤ ਨਹੀਂ ਹੋਏਗੀ। ਇਹ ਗੱਲ ਉਦੋਂ ਆਉਂਦੀ ਸੀ ਜਦੋਂ ਅਰਵਿੰਦ ਕੇਜਰੀਵਾਲ ਇਹ ਗੱਲ ਕਹਿੰਦੇ ਰਹੇ। ਮੈਨੂੰ ਪਤਾ ਤੁਸੀਂ ਸਿਆਸੀ ਬੰਦੇ ਨਹੀਂ ਹੈਗੇ ਗੌਰਵ, ਪਰ ਉਦੋਂ ਬਾਅਦ ਦਿੱਲੀ 'ਚ ਤਾਂ ਉਹ ਲੈਂਡਸਲਾਈਡ ਵਿਕਟਰੀ ਉਸੇ EVM ਦੇ ਥਰੂ ਹੀ ਆਈ ਆਮ ਆਦਮੀ ਪਾਰਟੀ। ਉਹੀ ਕਹਿੰਦਾ ਜੀ, ਇਹ ਗੱਲਾਂ ਨਾ ਜਿਹੜੀਆਂ ਵੀ ਰਾਜਨੀਤਿਕ ਧਿਰਾਂ ਕਹਿੰਦੀਆਂ, ਸਾਰੀਆਂ ਜਿਹੜੀਆਂ ਵੀ ਕਹਿੰਦੀਆਂ, ਉਹ ਇਸੇ ਲਈ ਕਹਿੰਦੀਆਂ ਤਾਂ ਕਿ ਵੋਟਾਂ ਘੱਟ ਪੈਣ। ਮੈਂ ਸਾਰੀਆਂ ਧਿਰਾਂ ਦੀ ਗੱਲ ਕਰਦਾ, ਇਹ ਕੋਈ ਭਾਜਪਾ ਹੈ ਥੋੜੀ ਕੀ ਗੱਲ ਕਿ ਭਾਜਪਾ ਨਹੀਂ ਕਹਿ ਰਹੀ, ਆ ਤਾਂ ਭਾਜਪਾ ਦਾ ਹੁਣ ਰਾਜ ਹੈ ਨਾ। ਜਦ ਨਹੀਂ ਰਿਹਾ ਉਹ ਵੀ ਇਹ ਗੱਲਾਂ, ਜਦ EVM ਇੰਟਰੋਡਿਊਸ ਹੋਈ ਕਹਿੰਦੇ ਹੀ ਰਹੇ ਆ। ਇਹ ਸਾਰੇ ਲੋਕ ਉਦੋਂ ਉਦੋਂ ਕਹਿੰਦੇ ਆ ਜਿਹੜੇ ਚਾਹੁੰਦੇ ਆ ਵੀ ਵੋਟਾਂ ਘੱਟ ਪੈਣ। ਮੈਨੂੰ ਯੂਥ ਦਾ ਮੂਡ ਦੱਸੋ, ਤੁਸੀਂ ਰੋਜ਼ ਪਿੰਡਾਂ 'ਚ ਸ਼ਹਿਰਾਂ 'ਚ ਜਾ ਰਹੇ ਹੋ, ਸੈਮੀਨਾਰਸ ਕਰਦੇ ਹੋ,
ਥੋੜੇ ਦਿਨ ਪਹਿਲਾਂ ਤੁਸੀਂ ਇੱਕ ਇੰਟਰਨੈਸ਼ਨਲ ਪੱਧਰ ਦਾ ਸਿੱਖ ਇਵੈਂਟ ਕੀਤਾ ਸਿੱਖ ਯੂਥ ਦਾ, ਯੂਥ ਕਿੱਥੇ ਖੜਾ, ਕੀ ਸੋਚ ਰਿਹਾ? ਯੂਥ ਦੀ ਗੱਲ ਤੇ ਆਉਣ ਤੋਂ ਪਹਿਲਾਂ ਮੱਕਰ ਜੀ, ਮੈਂ ਇੱਕ ਵਾਰੀ ਨਾ ਉਹਦੇ ਇਹ ਗੱਲ ਦੁਬਾਰਾ ਤੁਹਾਡੀ ਜਿਹੜੀ ਆਪਣੀ ਗੱਲ ਖਤਮ ਕਰਨਾ ਚਾਹੁੰਦਾ ਕਿ ਯੂਥ ਨੂੰ ਲੈ ਕੇ ਵੀ, ਕਿਸਾਨ ਨੂੰ ਲੈ ਕੇ ਵੀ, ਜਿਹੜਾ ਜਿਹੜਾ ਵੀ ਤਬਕਾ ਅੱਜ ਆਪਣੇ ਹੱਕ ਮੰਗ ਰਿਹਾ ਹੈ ਨਾ ਪੂਰੇ ਦੇਸ਼ ਦੇ ਵਿੱਚ, ਭਾਵੇਂ ਉਹ ਯੂਥ ਹੈ, ਭਾਵੇਂ ਕਿਸਾਨ ਹੈ, ਭਾਵੇਂ ਕੋਈ ਹੈ, ਜਿਹੜੀ ਧਿਰ ਚਾਹੁੰਦੀ ਹੋਏਗੀ ਨਾ ਕਿ ਇਹਨਾਂ ਨੂੰ ਇਹਨਾਂ ਦੇ ਹੱਕ ਨਾ ਮਿਲਣ, ਉਹ ਜ਼ਰੂਰ ਚਾਹੇਗੀ ਕਿ ਇਹ ਵੋਟ ਹੀ ਨਾ ਪਾਉਣ, ਉਹ ਇਲੈਕਸ਼ਨ ਦੇ ਰਾਜ ਸਿਸਟਮ ਦੇ ਵਿੱਚ ਹਿੱਸਾ ਹੀ ਨਾ ਲੈਣ। ਯੂਥ 'ਤੇ ਵੀ ਉੱਦਾਂ ਹੀ ਗੱਲ ਹੈ, ਯੂਥ ਚਾਹੁੰਦਾ ਮੈਨੂੰ ਨੌਕਰੀਆਂ ਮਿਲਣ, ਯੂਥ ਚਾਹੁੰਦਾ ਹੈ ਜੀ ਮੇਰੇ ਹੱਕ ਮਿਲਣ, ਯੂਥ ਚਾਹੁੰਦਾ ਐਜੂਕੇਸ਼ਨ ਦਾ ਬਜਟ ਵਧੇ, ਯੂਥ ਨੇ ਦੂਜੇ ਪਾਸੇ ਕਰਨਾ ਕਰਾਉਣਾ ਕੱਖ ਨਹੀਂ। ਸਿੱਧੀ ਜੀ ਗੱਲ, ਮੈਂ ਵੀ ਇੱਕ ਨੌਜਵਾਨ ਹਾਂ, ਤੁਸੀਂ ਦੋਸ਼ ਲਾਤਾ, ਮੈਂ ਵੀ ਨੌਜਵਾਨ ਹਾਂ, ਮੈਂ ਦੋਸ਼ ਲਾਉਂਦਾ ਜੀ, ਮੈਂ ਅਰਬਨ ਨੌਜਵਾਨਾਂ ਨਾਲ ਕੰਮ ਕਰਦਾ, ਮੈਂ ਇੰਨੇ ਕੁ ਨੌਜਵਾਨਾਂ ਨੂੰ ਜਾਣਦਾ ਜਿਹਨਾਂ ਨੂੰ ਹਜੇ ਵੀ ਅੱਜ ਕੱਲ੍ਹ ਇਲੈਕਟੋਰਲ ਬੌਂਡ ਵਾਲੀ ਖਬਰ ਹੋਈ ਹੈ ਨਾ, ਇਲੈਕਟੋਰਲ ਬੌਂਡ ਦੀ ਖਬਰ ਪੂਰੇ ਦੇਸ਼ 'ਚ ਫੈਲੀ, ਹੁਣ ਇਹ 100 ਨੌਜਵਾਨ ਮੇਰੇ ਸਾਹਮਣੇ ਲਿਆ ਕੇ ਬਿਠਾ ਦੋ ਜਿਹਨੂੰ ਪਤਾ ਹੋਵੇ, 100 ਨੌਜਵਾਨ ਬਿਠਾ ਦੋ ਉਹਦੇ 'ਚੋਂ, ਆਪਾਂ ਦੇਖ ਲਾਂਗੇ ਕਿਹਨਾਂ ਨੂੰ ਪਤਾ। ਮੇਰਾ ਐਕਸਪੀਰੀਅੰਸ ਕਹਿੰਦਾ ਇਲੈਕਟੋਰਲ ਬੌਂਡ ਦੀ ਡੈਫੀਨੇਸ਼ਨ ਵੀ ਤੁਹਾਨੂੰ 5-10 ਜਾਣਦਾ, ਮੇਰਾ ਮਲਕੀਤ ਪਤਾ ਤੁਹਾਨੂੰ ਇਲੈਕਟੋਰਲ ਬੌਂਡਸ? ਨਹੀਂ ਪਤਾ ਜੀ, ਕਿਸੇ ਨੂੰ ਵੀ ਨਹੀਂ ਪਤਾ, ਇਹੀ ਤਾਂ ਗੱਲ ਹੈ। ਇਹ ਦੇਸ਼ ਬਦਲਿਆ ਕਦ, ਦੇਖੋ ਦੇਸ਼ 'ਚ ਕਦ ਜਾਗਰੂਕਤਾ ਆਈ ਜਦ ਯੂਥ ਉੱਠਿਆ, ਨਿਰਭਯਾ ਰੇਪ ਵੇਲੇ ਨੌਜਵਾਨ ਸੜਕਾਂ ਤੇ ਸੀ 2012, ਕਾਮਨਵੈਲਥ ਘੁਟਾਲੇ ਵੇਲੇ ਨੌਜਵਾਨ ਸੜਕਾਂ ਤੇ ਸੀ, ਅੱਜ ਜਿਹੜੇ ਅੰਨਾ ਅੰਦੋਲਨ 'ਚੋਂ ਪਾਰਟੀਆਂ ਖੜੀਆਂ ਹੋਈਆਂ ਕੌਣ ਸੜਕਾਂ ਤੇ ਸੀ? ਨੌਜਵਾਨ ਸੜਕਾਂ ਤੇ ਸੀ। ਕਿਸਾਨ ਮੋਰਚੇ 'ਚ ਕੀ ਸੀ? ਨੌਜਵਾਨ ਸੜਕਾਂ ਤੇ ਸੀ। ਜਿੰਨੀਆਂ ਮੂਵਮੈਂਟਸ ਲੈ ਲਓ, ਜਦ ਨੌਜਵਾਨ ਅਵੇਅਰ ਹੋਇਆ ਨਾ, ਉਸ ਮੂਵਮੈਂਟ ਦਾ ਇੰਪੈਕਟ ਗਿਆ ਬਿਲਕੁਲ, ਪਰ ਰੈਂਡਮਲੀ ਨਾ ਨੌਜਵਾਨ ਅਵੇਅਰ ਨਹੀਂ ਰਹਿੰਦਾ। ਪਰ ਹਾਸਲ ਹੋਇਆ, ਚਾਹੇ ਉਹ ਅੰਨਾ ਹਜ਼ਾਰੇ ਮੂਵਮੈਂਟ ਸੀ, ਚਾਹੇ ਪਿਛਲਾ ਕਿਸਾਨ ਅੰਦੋਲਨ ਸੀ, ਅਸੀਂ ਅਚੀਵ ਕੀਤਾ, ਬਿਲਕੁਲ ਕੀਤਾ। ਤੁਸੀਂ ਜਿਤਨੇ ਮੰਨਦੇ ਕਿਸਾਨ ਅੰਦੋਲਨ ਨੂੰ, ਤੁਸੀਂ ਨਹੀਂ ਮੰਨਦੇ ਕਿ ਉਸ ਤੋਂ ਬਾਅਦ ਪੰਜਾਬ ਦੀ ਹਵਾ 'ਚ ਬਦਲਾਅ ਤਾਂ ਹੈ। ਪੰਜਾਬ ਦੀ ਹਵਾ 'ਚ ਨੌਜਵਾਨ, ਕਿਹਾ ਜਾਂਦਾ ਸੀ ਕਿ ਬਿਹਾਰ ਦਾ ਨੌਜਵਾਨ ਇਕੱਲਾ ਬਹਿ ਕੇ ਐਵੇਂ ਰਾਜਨੀਤੀ ਡਿਸਕਸ ਕਰਦਾ, ਲੌਜੀਕਲ ਹੱਲ ਵੱਲ ਲੈ ਕੇ ਗਏ ਆਪਾਂ ਚੀਜ਼ਾਂ। ਬਿਲਕੁਲ ਜੀ, ਮੇਰਾ ਇਹ ਮੰਨਣਾ ਕਿ ਚੜ੍ਹਦੀ ਕਲਾ ਵੱਲ ਨੂੰ ਹੀ ਜਾ ਰਹੀਆਂ ਚੀਜ਼ਾਂ। ਉਸ ਤੋਂ ਬਾਅਦ ਪਿਛਲੇ 2 ਸਾਲਾਂ 'ਚ 3 ਸਾਲਾਂ 'ਚ ਮੈਂ ਇਹ ਮੰਨਦਾ ਕਿ ਪਿਛਲੇ 3 ਸਾਲਾਂ ਦੇ ਵਿੱਚ ਤੁਸੀਂ ਜਿੰਨੇ ਰਾਜਨੀਤਿਕ ਇੰਟਰਵਿਊ ਨੌਜਵਾਨਾਂ ਨਾਲ ਜਾ ਕੇ ਕੀਤੇ ਆ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਕਿ ਨੌਜਵਾਨ ਗੱਲ ਕਰਨੀ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਤਾਂ ਗੱਲ ਹੀ ਨਹੀਂ ਕਰਦੇ ਸੀ। ਵੋਟ ਕਿਉਂ ਨਹੀਂ ਪਾਉਣਾ ਚਾਹੁੰਦਾ? ਕਿਉਂਕਿ ਨਿਰਾਸ਼ਾਵਾਦ ਆ। ਵੋਟ ਕਿਉਂ ਨਹੀਂ ਪਾਉਣਾ ਚਾਹੁੰਦੇ? ਉਹਨਾਂ ਲੱਗਦਾ ਮੇਰੀ ਹੋਣਾ ਹੀ ਕੀ ਹੈ ਜੀ, ਇਹ ਤਾਂ ਗੱਲਾਂ ਹੀ ਹੁੰਦੀਆਂ ਜੀ, ਉੱਪਰੋਂ ਸਾਰਾ ਚੱਲੀ ਜਾਂਦਾ। ਉਹ ਜਿਵੇਂ ਗੱਲ ਇਲੂਮੀਨਾਟੀ ਦੇਸ਼ ਨੂੰ ਚਲਾ ਰਹੀ ਹੈ, ਦੇਸ਼ ਦੇ ਲੋਕ ਸੱਤਾ ਤੇ ਅੱਗੇ ਸਰੈਂਡਰ ਕਰ ਚੁੱਕੇ ਆ ਤੁਹਾਨੂੰ? ਮੈਨੂੰ ਇਹ ਲੱਗਦਾ ਨਿਰਾਸ਼ਾ ਹੁੰਦੀ ਹੈ ਦੇਖ ਕੇ ਕਿ ਦੇਸ਼ ਜਮਾ ਹੀ ਸਰੈਂਡਰ ਕਰੀ ਬੈਠਾ ਹਰ ਚੀਜ਼ ਅੱਗੇ, ਸੱਤਾ ਤੇ ਅੱਗੇ, ਮੀਡੀਆ ਦਾ ਵਿਕਣਾ, ਨੈਸ਼ਨਲ ਮੀਡੀਆ ਦਾ ਉਹਦਾ ਵਿਕਣਾ ਉਹਦੇ ਅੱਗੇ, ਸੱਤਾ ਤੇ ਰੱਖੇ ਉਹ ਸਟੇਟ ਵਾਲੇ ਨੂੰ ਕਿਹੜਾ ਫੁੱਲ ਪੈ ਰਿਹਾ? ਸਟੇਟ ਵਾਲਾ ਤਾਂ ਮੈਂ, ਉਹ ਕਿਸੇ ਇੱਕ ਧਿਰ ਵੱਲ ਭੁਗਤ ਰਿਹਾ, ਦੂਜਾ ਕਿਸੇ ਇੱਕ ਵੱਲ ਭੁਗਤ ਰਿਹਾ। ਕੋਈ ਕਿਸੇ ਸਟੇਟ ਵਾਲਾ ਮੀਡੀਆ ਤਾਂ ਮੈਂ ਇਹ ਲੱਗਦਾ ਵੀ ਬੇਸਿਕ ਜੀਆਂ ਖਬਰਾਂ ਨੂੰ ਹੀ ਲੈ ਕੇ ਨਾ ਵਾਲਾ, ਮੈਂ ਵਿਦ ਡਿਊ ਰਿਸਪੈਕਟ, ਹੁਣ ਉਹ ਕੱਲ ਗਾਣਾ ਵਾਇਰਲ ਹੋਇਆ ਉਹ ਕਿਹੜਾ ਕਿਹਦੀ ਇੰਡੀਕਾ ਚਲਾ ਹੈ ਨਾ, ਉਹ ਗਾਣਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ, ਕੱਲ ਦੇ ਉਹਦੀਆਂ ਇੰਟਰਵਿਊਆਂ ਲਈ ਜਾਂਦੇ। ਮਤਲਬ ਦੇਖੋ ਮਾਹੌਲ ਕੀ ਹੈ ਦੇਸ਼ 'ਚ, ਇੱਕ ਪਾਸੇ ਤੁਹਾਡਾ ਕਿਸਾਨ ਧਰਨੇ ਤੇ ਬੈਠਾ ਹੈ, ਇੱਕ ਪਾਸੇ ਤੁਹਾਡੇ ਨੌਜਵਾਨਾਂ ਦੀ ਗੱਲ ਹੋ ਰਹੀ ਹੈ, ਇਲੈਕਟੋਰਲ ਬੌਂਡ ਦੀ ਗੱਲ ਹੋ ਰਹੀ ਹੈ। ਮੈਂ ਦੇਖ ਰਿਹਾ ਸੀ ਦੋ ਵੱਡੀਆਂ ਖਬਰਾਂ ਮਨਫੀ ਹੋਈਆਂ, ਇੱਕ ਤਾਂ ਲੇਹ ਲਦਾਖ ਦੇ ਵਿੱਚ ਐਡਾ ਵੱਡਾ ਅਨਸ਼ਨ ਹੋ ਰਿਹਾ ਹੋਵੇ, ਵਾਂਗਚੁਕ ਹੋਣੇ ਉੱਥੇ ਬੈਠੇ ਹੋਣ, ਦੇਸ਼ ਦੇ ਇੱਕ ਧਰੁਵ ਰਾਠੀ ਮੇਰੇ ਖਿਆਲ ਬੋਲਿਆ ਉਹਦੇ ਤੇ ਸਿਰਫ, ਜਾਂ ਰਵੀਸ਼, ਉਹ ਵੀ ਇੰਡੀਆ ਨਹੀਂ ਰਹਿੰਦਾ ਧਰੁਵ ਰਾਠੀ ਵੀ, ਅੱਛਾ ਉਹ ਇੰਡੀਆ ਨਹੀਂ ਰਹਿੰਦਾ, ਉਹ ਵੀ ਬਾਹਰ ਰਹਿੰਦਾ ਸ਼ਾਇਦ, ਤਾਂ ਹੀ ਬੋਲ ਲੈਂਦਾ ਉਹ ਇੰਨਾ ਖੁੱਲ ਕੇ, ਨਹੀਂ ਤਾਂ ਮੇਰੇ ਤਰ੍ਹਾਂ NIA ਦੇ 2-3 ਪਰਚੇ ਉਹਦੇ ਤੇ ਪਏ ਹੋਣ ਤੇ ਫਿਰ ਆਪਾਂ ਪੁੱਛਾਂਗੇ ਵੀ ਧਰੁਵ ਜੀ ਤੁਹਾਡਾ ਕੀ ਹਾਲ ਹੈ। ਦੂਜੀ ਗੱਲ ਇਹ ਹੈ ਕਿ ਜਿਹੜੀ ਆ ਇਲੈਕਟੋਰਲ ਬੌਂਡਸ ਵਾਲੀ ਕਿੱਡੀ ਵੱਡੀ ਖਬਰ ਕਿ 2 ਕਰੋੜ ਪ੍ਰੋਫਿਟ ਵਾਲੀਆਂ ਕੰਪਨੀਆਂ 700 ਕਰੋੜ ਫੰਡਿੰਗ ਦੇ ਗਈਆਂ,
ਔਰ SBI ਨੇ ਨੰਬਰ ਵੀ ਨਹੀਂ ਦੱਸਿਆ ਵੀ ਕਿੰਨੇ ਬੌਂਡਸ ਤੁਸੀਂ ਜਾਰੀ ਕੀਤੇ ਹੈ। ਇਹ ਮਨਫੀ ਹੈ, ਕਿਤੇ ਵੀ ਨਹੀਂ ਹੈ। ਮੱਕੜ ਸਾਹਿਬ ਮੈਂ ਹੈਰਾਨੀ ਦੀ ਸੋਚਦਾ, ਇਮੇਜਿਨ ਕਰੋ ਜੇ ਆਹੀ ਸਨ 2010-11 ਹੁੰਦਾ, ਗੱਲ ਕਿੱਥੇ ਜਾਂਦੀ, ਇਲੈਕਟੋਰਲ ਬੌਂਡ ਦੀ ਖਬਰ ਆਈ ਹੁੰਦੀ, ਐਡੀ ਵੱਡੀ ਖਬਰ ਕਿ ਕਿਹੜੀ ਕਿਹੜੀ ਤਰੀਕਾਂ ਨੂੰ ਕਿੱਧਰ ਕਿੱਧਰ ਪੈਸਾ ਗਿਆ, ਸ਼ਰੇਆਮ ਸਾਹਮਣੇ ਕਿਹੜੀ ਕਿਹੜੀ ਪਾਰਟੀ ਨੂੰ ਗਿਆ, ਕਿਹੜੀ ਕਿਹੜੀ ਪਾਰਟੀ ਨੂੰ ਗਿਆ, ਜੇ ਆ ਖਬਰ ਸਾਹਮਣੇ ਆਈ ਹੁੰਦੀ ਨਾ ਅੱਜ ਤੋਂ 12-15 ਸਾਲ ਪਹਿਲਾਂ, ਮੈਨੂੰ ਪਤਾ ਕਿੱਥੇ ਗੱਲ ਉੱਠਦੀ, ਪੂਰਾ ਦੇਸ਼ ਕਮਲਾ ਹੋ ਜਾਂਦਾ ਇਸ ਗੱਲ ਤੇ, ਮਨਮੋਹਨ ਸਿੰਘ ਦੇ ਖਿਲਾਫ ਫੜ ਲਿਆ ਜਾਂਦਾ ਪ੍ਰਧਾਨ ਮੰਤਰੀ ਇਸ ਗੱਲ ਤੇ, ਪ੍ਰਧਾਨ ਇਸੇ ਹੀ ਗੱਲ ਤੇ ਫੜ ਲਿਆ ਜਾਂਦਾ, ਗੱਲ ਖਤਮ ਹੋ ਗਈ, ਜਿਵੇਂ ਕਾਮਨਵੈਲਥ ਨੇ ਤਕਦੀਰ ਬਦਲਤੀ, ਕਾਂਗਰਸ ਦੀ 2-3 ਵੱਡੇ ਘੁਟਾਲੇ ਤੇ ਕਾਂਗਰਸ ਗਈ, ਇੱਕ ਲੋਕਪਾਲ ਬਿੱਲ ਨੇ ਤਕਦੀਰਾਂ ਬਦਲਤੀਆਂ, ਕੋਈ ਗੱਲ ਨਹੀਂ ਸੀ, ਬਾਤ ਨਹੀਂ ਸੀ, ਅੱਜ ਦੇਖੋ ਇੰਨੀਆਂ ਵੱਡੀਆਂ ਵੱਡੀਆਂ ਚੀਜ਼ਾਂ ਸਾਹਮਣੇ ਆ ਗਈਆਂ ਪਰ ਕੋਈ ਬੋਲਦਾ ਹੀ ਨਹੀਂ, ਸਾਰੇ ਚੁੱਪ ਬੈਠੇ ਆ। ਮੈਂ ਹੈਰਾਨੀ ਹੈਰਾਨੀ ਇਕੱਲੇ ਮੀਡੀਆ ਤੇ ਵੀ ਨਹੀਂ ਹੈ, ਹੈਰਾਨੀ ਹੈ ਲੋਕਾਂ ਨੂੰ, ਗੱਲ ਤਾਂ ਪਤਾ ਲੱਗ ਹੀ ਰਹੀ ਆ, ਸੋਸ਼ਲ ਮੀਡੀਆ ਤੇ ਨੌਜਵਾਨਾਂ ਨੂੰ ਤਾਂ ਪਤਾ ਲੱਗ ਰਹੀ ਹੈ, ਉਹ ਭਾਈ ਬੋਲ ਲਓ ਯਾਰ, ਮਤਲਬ ਇਹ ਤਾਂ ਬਿਲਕੁਲ ਹੀ, ਤੁਸੀਂ ਮੈਂ ਕਹਿੰਦਾ ਸਰਕਾਰ ਕੋਈ ਵੀ ਹੋਏ, ਕੱਲ ਨੂੰ ਕੋਈ ਵੀ ਆ ਜਾਏਗੀ ਸਰਕਾਰ, ਆ ਬਲ ਆ ਬਦਲ ਜਾਊਗੀ। ਮੇਰਾ ਓਪੀਨੀਅਨ ਹੈ, ਤੁਸੀਂ ਜੇ ਐਗਰੀ ਕਰਦੇ ਹੋ ਦੱਸਿਓ ਤੁਹਾਡਾ ਓਪੀਨੀਅਨ ਕੀ ਹੈ। ਬੰਦਿਆਂ ਤੇ ਵੀ ਜਿਉਂਦਿਆਂ ਤੇ ਲੋਕ ਕਿੰਤੂ ਪਰੰਤੂ ਕਰਦੇ ਆ, ਮਰਨ ਤੋਂ ਬਾਅਦ ਫਿਰ ਰੱਬ ਬਣਾ ਦਿੰਦੇ ਆ, ਬਿਲਕੁਲ ਏਦਾਂ ਹੀ ਹੈ। ਪਰ ਮੈਂ ਜਿਹੜੀ ਗੱਲ ਤੇ ਤੁਹਾਨੂੰ ਕਹਿੰਦੇ ਹਾਂ ਨਾ ਕਿ ਆਹ ਜਿਹੜੀ ਸਰਕਾਰ ਆ, ਅਸੀਂ ਕਹਿੰਦੇ ਹਾਂ ਸਰਕਾਰ ਮਾੜੀ ਹੈ, ਤੁਸੀਂ ਸਰਕਾਰ ਬਦਲ ਕੇ ਦੇਖ ਲਓ, ਜਿਹੜੀ ਕੱਲ ਨੂੰ ਆਊਗੀ ਨਾ, ਕੋਈ ਵੀ ਪਾਰਟੀ ਆ ਜੇ, ਉਹਨੂੰ ਹੁਣ ਦਿਖ ਗਿਆ ਵੀ ਸਿਸਟਮ ਸੌਖਾ ਹੈ, ਪੈਸਾ ਲਾਓ ਕਾਰਪੋਰੇਟਾਂ ਤੋਂ ਲੈ ਕੇ, ਮੀਡੀਆ ਖਰੀਦੋ, ਅੰਨੇ ਕਰ ਦੋ ਸਾਰੇ ਦੇਸ਼ ਨੂੰ, ਆ ਕੋਈ ਵੀ ਪਾਰਟੀ ਆ ਜਾਊਗੀ, ਏਦਾਂ ਹੀ ਹੋਣਾ। ਪਰ ਇਹ ਨੈਰੇਟਿਵ ਬਿਲਡਿੰਗ ਦਾ ਦੌਰ ਹੈ ਕਿ ਇੱਕ ਨੈਰੇਟਿਵ ਸੈੱਟ ਕਰ ਲਿਆ ਤੇ ਤੁਹਾਨੂੰ ਉਹ ਮਹਿਸੂਸ ਕਰਾ ਦਿੱਤਾ ਜਾਂਦਾ। ਬਿਲਕੁਲ ਨੈਰੇਟਿਵ ਬਿਲਡਿੰਗ ਦਾ ਦੌਰ ਹੈ, ਨਹੀਂ ਹੈ। ਤੁਸੀਂ ਕੁਛ ਵੀ ਗੱਲ ਮੀਡੀਆ 'ਚ 4 ਕਾਰਪੋਰੇਟ ਹਾਊਸਾਂ ਦੇ ਖਰੀਦੇ ਹੋਏ 15 ਚੈਨਲਾਂ ਤੇ ਦਿਨ ਰਾਤ ਬੋਲੀ ਜਾਓ ਤੇ ਨੈਰੇਟਿਵ ਬਿਲਡਿੰਗ ਦਾ ਦੌਰ ਮੁੱਕੂਗਾ ਕਿੱਦਾਂ? ਇਹ ਭੁੱਲ ਜਾਓ ਕਿ ਹੁਣ ਮੋੜਾ ਨਹੀਂ ਆਉਣਾ ਇਹਦੇ ਤੇ, ਮੀਡੀਆ ਤੇ ਕੋਈ ਮੋੜਾ ਨਹੀਂ ਆਉਣਾ। ਸਿੰਪਲ ਜੀ ਗੱਲ ਹੈ, ਮੀਡੀਆ ਪੈਸੇ ਤੇ ਖੇਡ ਰਿਹਾ, ਸਾਰਾ ਪ੍ਰਾਈਵੇਟਾਈਜੇਸ਼ਨ ਹੈ, ਪ੍ਰਾਈਵੇਟ ਮੀਡੀਆ ਕੱਲਾ ਸਾਡੇ ਦੇਸ਼ ਦਾ ਥੋੜੀ, ਤੁਸੀਂ US ਮੀਡੀਆ ਵੇਖ ਲਓ, ਸਾਰੇ ਪਾਸੇ ਦੇਖ ਲਓ। ਅੱਜ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਕਿ ਜਿਹੜੀਆਂ ਕੰਪਨੀਆਂ ਨੇ ਇਹ ਬੌਂਡਸ ਖਰੀਦੇ, ਉਹਨਾਂ ਕੰਪਨੀਆਂ ਤੋਂ ਮੋਟਾ ਪੈਸਾ ਮੀਡੀਆ ਹਾਊਸਸ ਨੂੰ ਵੀ ਐਜ਼ ਐਡਵਰਟਾਈਜ਼ਮੈਂਟ ਗਿਆ, ਸਾਰਿਆਂ ਨੂੰ ਗਿਆ, ਉਹੀ ਰਿਵੋਲਵ ਹੋਇਆ ਨਾ, ਉਹ ਸਾਰਾ ਦਾ ਸਾਰਾ ਜੁੜਿਆ, ਤੁਸੀਂ ਕਹਿ ਰਹੇ ਹੋ ਬਿਲਕੁਲ। ਉਹ ਇੱਕ ਨਾ ਬੜਾ ਵਧੀਆ ਧੁਰ ਜਿਹਾ ਬਣਾਇਆ ਹੋਇਆ ਸੀ, ਸੈਂਟਰ 'ਚ ਪੋਲੀਟੀਕਲ ਪਾਰਟੀ ਹੈ, ਹਾਂ, ਇੱਧਰ ਮੀਡੀਆ ਹਾਊਸ ਹੈ, ਹਾਂ, ਇੱਧਰ ਕਾਰਪੋਰੇਟ ਹੈ, ਇੱਧਰ ਪਬਲਿਕ ਹੈ, ਪਬਲਿਕ ਮੰਨੀ ਜਾਂਦੀ ਹੈ ਸਰਕਾਰ ਨੂੰ, ਸਰਕਾਰ ਉਹ ਪੈਸੇ ਨੂੰ ਘੁਮਾ ਕੇ ਵਰਤਦੀ ਹੈ ਕਾਰਪੋਰੇਟਾਂ ਨੂੰ, ਕਾਰਪੋਰੇਟ ਉਹ ਪੈਸਾ ਘੁਮਾ ਕੇ ਵਾਪਸ ਪਾਰਟੀ ਨੂੰ ਦਿੰਦਾ ਹੈ, ਇੱਧਰੋਂ ਮੀਡੀਆ ਨੂੰ ਦਿੰਦਾ ਹੈ, ਉਹ ਸਾਰਾ ਸਾਰਾ ਬੈਨੀਫਿਟ ਫਿਰ ਪਾਰਟੀ ਨੂੰ ਮਿਲ ਜਾਂਦਾ, ਧੁਰਾ ਪਾਰਟੀ ਹੈ, ਉਹ ਸਾਰਾ ਘੁੰਮ ਕੇ ਵਾਪਸ ਉੱਧਰ ਹੀ ਆ ਰਿਹਾ। ਦੈਟ ਮੀਨਸ ਕਿੰਨਾ ਤੁਹਾਨੂੰ ਮੂਰਖ ਬਣਾਇਆ ਜਾ ਰਿਹਾ ਹੈ ਕਿ ਦੇਸ਼ ਦੀ ਇਕਾਨਮੀ ਗਰੋ ਕਰ ਗਈ ਜੀ, ਦੇਸ਼ 'ਚ ਆਹ ਹੋ ਗਿਆ ਜੀ, ਦੇ ਉਹ ਪੈਸਾ ਉਹੀ ਹੈ ਜਿਹੜਾ ਉੱਧਰ ਘੁੰਮ ਰਿਹਾ। ਕਿ ਯੂਥ ਜਿਹੜਾ, ਆਪਾਂ ਇਹ ਕਹਿੰਦੇ ਸੀਗੇ ਕਿ ਜਿਹੜੀ ਧਾਰਮਿਕ ਗੱਲਾਂ ਜਾਂ ਜਿਹੜੀ ਪੋਲਰਾਈਜੇਸ਼ਨ ਹੈ ਉਹਦੇ 'ਚ ਗਰੀਬ ਤਬਕਾ ਤੇ ਅਨਪੜ੍ਹ ਤਬਕਾ ਫਸਦਾ ਸੀ, ਤੁਹਾਨੂੰ ਲੱਗਦਾ ਕਿ ਪਿਛਲੇ 10 ਸਾਲਾਂ 'ਚ ਇਹ ਬਦਲਿਆ? ਜਿਹੜਾ ਜਿਵੇਂ ਇੱਕ ਪਾਸੇ ਅਰਬਨ ਨਕਸਲਜ਼ ਬਿਠਾਓ ਤੇ ਦੂਜੇ ਪਾਸੇ ਅਰਬਨ ਰਾਈਟਿਸਟ ਵੀ ਬਿਠਾਓ, ਬਿਲਕੁਲ, ਕਿ ਉਹ ਸਿਨੈਰੀਓ ਵੀ ਬਦਲ ਗਿਆ ਕਿ ਪੜ੍ਹੇ ਲਿਖੇ ਲੋਕ ਪੋਲਰਾਈਜ਼ ਹੋ ਗਏ? ਬਿਲਕੁਲ ਹੋ ਗਏ ਜੀ। ਇਹਦਾ ਸਭ ਤੋਂ ਵੱਡਾ ਮੈਂ ਤੁਹਾਨੂੰ ਦੱਸਦਾ ਇਹਦਾ ਬੈਕਗ੍ਰਾਉਂਡ ਕੀ ਹੋਇਆ। ਬਹੁਤ ਸਰਕਾਰਾਂ ਨੇ, ਬਹੁਤ ਪਾਰਟੀਆਂ ਨੇ ਆ ਦੇਖਿਆ ਕਿ 2011-12 ਤੋਂ ਬਾਅਦ ਨਾ ਯੂਥ ਸਡਨਲੀ ਬੜਾ ਐਕਟਿਵ ਸੀ, ਦੇਸ਼ ਦਾ, ਪੂਰੇ ਦੇਸ਼ ਦਾ ਹੀ ਬੜਾ ਐਕਟਿਵ ਸੀ। 2015 ਤੋਂ ਬਾਅਦ ਪੰਜਾਬ ਦਾ ਬੜਾ ਐਕਟਿਵ ਸੀ, ਜਦ ਤੁਸੀਂ ਚਲੇ ਜਾਂਦੇ ਹੋ ਕੋਟਕਪੂਰਾ ਕਾਂਡ ਤੋਂ ਬਾਅਦ, ਉਸ ਤੋਂ ਬਾਅਦ ਸਡਨਲੀ ਯੂਥ ਬੜਾ ਗੱਲਾਂ ਕਰਨੀਆਂ ਸ਼ੁਰੂ ਹੋਇਆ। ਉਹਨਾਂ ਨੇ ਕਿਹਾ ਰਾਜਨੀਤੀ ਨੂੰ ਨਾ ਰੀਲਾਂ 'ਚ ਬਦਲ ਦਿਓ, ਸੋਸ਼ਲ ਮੀਡੀਆ ਦੀਆਂ ਬਹਿਸਾਂ 'ਚ ਬਦਲ ਦਿਓ। ਹੁਣ ਤੁਸੀਂ ਦੇਖੋ, ਪਿਛਲੇ 4-5 ਮਹੀਨੇ ਤੋਂ ਮੈਂ ਕਦੇ ਨਾ ਇੰਸਟਾਗ੍ਰਾਮ 'ਤੇ ਹੇਟ ਨਹੀਂ ਸੀ ਦੇਖੀ। ਮੈਂ ਕਹਿੰਦਾ ਸੀ ਹੇਟ ਨਾ ਫੇਸਬੁੱਕ ਵਾਲਿਆਂ ਦਾ ਕੰਮ ਹੈ, ਫੇਸਬੁੱਕ ਦੇ ਕਮੈਂਟਾਂ 'ਚ ਲੋਕ ਗਾਲਾਂ ਕੱਢਦੇ ਸੀ ਗੰਦੀਆਂ। ਮੈਨੂੰ ਲੱਗਦਾ ਸੀ ਇੰਸਟਾਗ੍ਰਾਮ ਨਾ ਅਰਬਨ ਯੂਥ ਚਲਾਉਂਦਾ ਹੈ, ਅਰਬਨ ਯੂਥ ਇੰਨਾ ਮੂਰਖ ਨਹੀਂ ਹੈਗਾ ਅਤੇ ਨਹੀਂ ਦੇਖਣ ਨੂੰ ਮਿਲਦੀ ਸੀ। ਪਿਛਲੇ 1 ਸਾਲ ਦੇ ਵਿੱਚ ਸਿਮਰਨਜੋਤ ਬਾਈ ਜੀ, ਮੈਂ ਕਮੈਂਟਾਂ ਦੇ ਵਿੱਚ ਮਤਲਬ ਬਾਹਲਾ ਹੀ ਮਾੜਾ ਲੱਗਦਾ, ਦੇਖ ਕੇ ਸ਼ਰਮ ਆ ਜਾਂਦੀ ਹੈ ਕਿ ਆਹ ਪੜ੍ਹਿਆ ਲਿਖਿਆ ਯੂਥ ਹੈ,
ਜਿਹੜਾ ਤੁਸੀਂ ਆ ਸਿੱਖਾਂ ਨੂੰ ਲੱਸੀ ਕਹਿਣਾ, ਆ ਖਾਲਿਸਤਾਨੀ ਕਹਿਣਾ, ਆ ਕਿੱਥੋਂ ਦੀਆਂ ਗੱਲਾਂ ਸ਼ੁਰੂ ਹੋਈਆਂ? ਆ ਇੰਸਟਾਗ੍ਰਾਮ ਦੇ ਰੀਲਾਂ ਤੋਂ ਸ਼ੁਰੂ ਹੋਈਆਂ, ਆ ਗੱਲਾਂ ਕਿਹਨੇ ਬਣਾਈਆਂ? ਕੋਈ ਸਰਕਾਰਾਂ ਨੇ ਥੋੜੀ ਬਣਾਈਆਂ। ਦੈਟ ਮੀਨਸ ਉਸ ਪੋਲਰਾਈਜੇਸ਼ਨ ਦਾ ਹਿੱਸਾ, ਮਤਲਬ ਕਮੈਂਟ ਚੱਲਿਆ ਕੋਈ? ਬਿਲਕੁਲ, ਤੁਸੀਂ ਦੇਖੋ ਸਿੱਖਾਂ ਨੂੰ ਲੱਸੀ ਕਹਿ ਕੇ ਪੇਸ਼ ਕਰਨਾ ਸ਼ੁਰੂ ਕਰਤਾ, ਵੀ ਆ ਲੱਸੀ ਪੀਂਦੇ ਹੋ, ਜਿਵੇਂ ਤੁਹਾਨੂੰ ਮੀਡੀਆ ਨੇ ਦਿਖਾ, ਚੈਨਲਾਂ ਨੇ ਦਿਖਾਤਾ, ਉਹ ਪਾਪਾ ਜੀ ਕਹਿ ਕੇ ਲੱਸੀ ਤੇ ਭਟੂਰੇ ਚੋਲੇ, ਇਹਨਾਂ ਨੇ ਸਿੱਖਾਂ ਨੂੰ ਲੱਸੀ ਕਹਿਣਾ ਸ਼ੁਰੂ ਕਰਤਾ, ਜਾਂ ਖਾਲਿਸਤਾਨੀ ਜਾਂ ਲੱਸੀ। ਮੈਂ ਹੱਸਦਾ ਹੁੰਦਾ, ਮੈਂ ਕਈ ਵਾਰ ਪੁੱਛਦਾ ਹੁੰਦਾ ਗੁਜਰਾਤੀਆਂ ਨੂੰ, ਪੁੱਛੋ ਜਾ ਕੇ ਵੀ ਤੁਹਾਨੂੰ ਕੋਈ ਥੇਪਲਾ ਫਾਫਰਾ ਕਹਿ ਕੇ ਤੁਹਾਨੂੰ ਕੋਈ ਗੱਲ ਕਰਦਾ? ਰੇਸਿਸਟ ਗੱਲ ਹੈ ਨਾ, ਮਤਲਬ ਤੁਸੀਂ ਕਦੇ ਬੋਂਬੇ ਜਾ ਕੇ ਬੋਂਬੇ ਦੇ ਯੂਥ ਨੂੰ ਤੁਸੀਂ ਵੜਾ ਪਾਓ ਕਹੋਗੇ ਕਿ ਤੁਸੀਂ ਉਹਨਾਂ ਨੂੰ ਇੱਦਾਂ ਕਹੋਗੇ? ਤੁਸੀਂ ਸਾਊਥ ਵਾਲੇ ਨੂੰ ਡੋਸਾ ਕਹੋਗੇ? ਮਤਲਬ ਕੌਣ ਰਿਹਾ ਇਹ? ਇਹੀ ਆਮ ਲੋਕ, ਮੈਨੂੰ ਹੈਰਾਨੀ ਦੀ ਗੱਲ ਹੈ ਕਿ ਸਿਰਫ ਅੱਗੇ ਹੁੰਦਾ ਸੀ ਨਾ ਕਿ ਆਈਟੀ ਸੈੱਲ ਬੈਠੇ ਆ ਉਹ ਕਰਦੇ ਆ, ਹੁਣ ਆਮ ਲੋਕ ਇਹਦੇ ਚ ਵੜੀ ਜਾਂਦੇ ਆ। ਫਿਰ ਇਹਦਾ ਡਿਫੈਂਸ ਕੀ ਹੈ ਕਿ ਸਾਡੇ ਨੌਜਵਾਨ ਵੀ ਫਿਰ ਉਹਨਾਂ ਨੂੰ ਮਾੜਾ ਬੋਲਣਾ ਸ਼ੁਰੂ ਕਰ ਦੇਣ? ਦੇਖੋ, ਮੈਂ ਉਹੀ ਗੱਲ ਹੈ ਨਾ ਵੀ ਇਹਦਾ ਅੰਤ ਕੀ ਹੈ, ਇਸ ਪੋਲਰਾਈਜੇਸ਼ਨ ਦਾ ਅੰਤ ਕੀ ਹੈ? ਇਸ ਪੋਲਰਾਈਜੇਸ਼ਨ ਦਾ ਅੰਤ ਚੇਤਨਤਾ ਹੈ। ਜੇ ਮੇਰੇ ਅੰਦਰ ਚੇਤਨਤਾ ਆ ਗਈ, ਮੈਂ ਤੁਸੀਂ ਕਿਉਂ ਨਹੀਂ ਕਮੈਂਟ ਕਰਦੇ? ਅੱਜ ਕੀਤੀ ਮੈਂ ਥੋੜਾ ਜਿਹਾ ਥੋੜੇ ਤੋਂ ਮੈਂ ਬੜਾ ਨਿਊਟਰਲ ਜਵਾਬ ਚਾਹੁੰਦਾ। ਤੁਸੀਂ ਇਹ ਗੱਲ ਅੱਜ ਕੀਤੀ, ਪਰ ਮੈਂ ਬਹੁਤ ਹਜ਼ਾਰਾਂ ਕਮੈਂਟ ਪੜ੍ਹੇ ਜਿੱਥੇ ਮੂਤ ਪੀਣੇ ਕਹਿ ਕੇ ਲਿਖਿਆ ਜਾਂਦਾ ਸੀ, ਉਦੋਂ ਤੁਸੀਂ ਕਦੇ ਨਹੀਂ ਇਹ ਗੱਲ ਸ਼ੁਰੂ ਕੀਤੀ? ਬਿਲਕੁਲ ਬੋਲਿਆ, ਬਿਲਕੁਲ ਬੋਲਿਆ ਵੀ ਉਹ ਵੀ ਜੇ ਲੱਸੀ ਕਹਿਣਾ ਗਲਤ ਸੀ ਤਾਂ ਮੂਤ ਪੀਣਾ ਕਹਿਣਾ ਵੀ ਗਲਤ ਸੀ। ਬਿਲਕੁਲ ਗਲਤ ਹੈ, ਕਿਉਂ ਨਹੀਂ ਗਲਤ? ਤੁਸੀਂ, ਮੈਂ ਤਾਂ ਕਹਿੰਦਾ ਪੰਜਾਬੀਆਂ ਦੇ, ਮੁੰਡਿਆਂ ਦੇ, ਪੰਜਾਬੀ ਵੱਡਿਆਂ ਦੇ, 40-50 ਸਾਲ ਵਾਲਿਆਂ ਦੇ, ਪੰਜਾਬ ਦੀਆਂ ਕੁੜੀਆਂ ਦੀਆਂ ਇੰਸਟਾਗ੍ਰਾਮ ਆਈਡੀਆਂ ਥੱਲੇ ਕਮੈਂਟ ਦੇਖ ਲਿਆ ਕਰੋ, ਸ਼ਰਮ ਆ ਜਾਂਦੀ ਹੈ। ਬਜ਼ੁਰਗਾਂ ਦੇ, ਬਿਲਕੁਲ, 40-40, 50-50 ਸਾਲ ਦੇ ਲੋਕਾਂ ਨੂੰ, ਵੱਡੀ ਉਮਰ ਦੇ ਵਾਲਿਆਂ ਨੂੰ ਮੈਂ ਕਮੈਂਟ ਕਰਦੇ ਦੇਖਦਾ ਪੰਜਾਬ ਦੀਆਂ ਕੁੜੀਆਂ। ਜੇ ਕੋਈ ਪੰਜਾਬ ਦੀ ਕੁੜੀ ਖੁੱਲ੍ਹ ਕੇ ਆਪਣੇ ਹੱਕਾਂ ਦੀ ਗੱਲ ਕਰ ਦਿੰਦੀ ਹੈ, ਉਹਦੇ ਥੱਲੇ ਜਿੱਦਾਂ ਦੇ ਕਮੈਂਟਸ ਹੁੰਦੇ ਆ, ਪ੍ਰੋਸਟੀਟਿਊਟ ਤੱਕ ਅਸੀਂ ਉਹਨਾਂ ਨੂੰ ਕਹਿਣ 'ਚ ਚਲੇ ਜਾਂਦੇ ਹਾਂ ਪੰਜਾਬੀ ਭਾਸ਼ਾ ਦੇ ਵਿੱਚ, ਜਿੱਦਾਂ ਦੇ ਅਸੀਂ ਕਮੈਂਟ ਕਰਦੇ ਹਾਂ ਉਹਨਾਂ ਦੇ ਥੱਲੇ, ਇਹ ਕੋਈ, ਇਹ ਥੋੜ੍ਹੀ, ਮੈਂ ਉਹੀ ਗੱਲ ਕਰ ਰਿਹਾ, ਇਹ ਕੋਈ ਹਿੰਦੂ ਜਾਂ ਸਿੱਖ ਨਹੀਂ ਹੋ ਰਿਹਾ, ਇਹ ਕਲਚਰ ਹੋ ਰਿਹਾ। ਇਹ ਕਲਚਰ ਦੀ ਬਰਬਾਦੀ ਹੈ, ਇਹ ਹਿੰਦੂ ਸਿੱਖ ਦਾ ਇਹਦੇ 'ਚ ਲੈਣਾ ਦੇਣਾ ਹੀ ਨਹੀਂ ਹੈ, ਰਾਜਨੀਤੀ ਦਾ ਵੀ ਲੈਣਾ ਦੇਣਾ ਨਹੀਂ ਹੈ। ਗੱਲ ਹੈ ਕਿ ਸਾਡਾ ਬੌਧਿਕ ਪੱਧਰ ਕਿੱਥੇ ਡਿੱਗਦਾ ਜਾ ਰਿਹਾ। ਜੇ ਅਸੀਂ, ਸਾਨੂੰ ਕੋਈ ਲੱਸੀ ਕਹਿਤਾ, ਅਸੀਂ ਉਹਨੂੰ ਮੂਤ ਪੀਣੇ ਕਹਿਤਾ, ਅਸੀਂ ਇਹਦੇ 'ਚ ਉਲਝ ਗਏ, ਸਾਡਾ ਮੈਂਟਲ ਲੈਵਲ ਕਿੱਥੇ ਗਿਆ? ਸਾਡਾ ਇੰਟਲੈਕਚੁਅਲ ਲੈਵਲ ਦੋਵੇਂ ਧਿਰਾਂ ਦਾ ਕਿੱਥੇ? ਮਤਲਬ ਦੇਸ਼ ਹੁਣ ਆਹ ਹੋ ਗਿਆ ਵੀ ਦੇਸ਼ ਦਾ ਯੂਥ ਇੰਨੇ 'ਚ ਉਲਝ ਕੇ ਰਹਿ ਗਿਆ। ਤਾਂ ਹੀ ਤਾਂ ਹਾਲ ਇਹ ਹੈ ਵੀ ਐਲਵਿਸ਼ ਯਾਦਵ ਵਰਗੀਆਂ ਦੀਆਂ ਗੱਲਾਂ ਨੈਸ਼ਨਲ ਨਿਊਜ਼ ਬਣ ਜਾਂਦੀਆਂ। ਮੈਂ ਹੈਰਾਨ ਹਾਂ, ਐਲਵਿਸ਼ ਯਾਦਵ ਦੇਸ਼ ਦਾ ਸਟਾਰ ਹੈ, ਯੂਥ ਆਈਕਨ ਬਣ ਗਿਆ। ਦੇਖੋ, ਯੂਥ ਆਈਕਨ ਬਣ ਗਿਆ, ਕਿਉਂਕਿ ਸਾਰਾ ਦੇਸ਼ ਹੀ ਛੱਪਰੀ ਬਣਾ ਰਿਹਾ ਹੈ। ਨੌਨਸੈਂਸ ਆਦਮੀ, ਮਤਲਬ ਮੈਂ ਇਹ ਕਹਿੰਦਾ ਵੀ ਇਹਨੂੰ ਮੈਂ ਛੱਪਰੀ ਕਹਿੰਦੇ ਨਾ, ਮਤਲਬ ਤੁਹਾਡੇ ਕੋਲੇ ਉਹ ਇੰਟੈਲੈਕਚੁਅਲ ਮਾਈਂਡਸ ਕਿੱਥੇ ਰਹਿ ਗਏ ਜਿਹਨੂੰ ਅਸੀਂ ਫਾਲੋ ਕਰਦੇ ਸੀਗੇ? ਖਤਮ ਹੋ ਗਏ। ਅੱਜ ਕਿਸੇ ਨੂੰ ਪੁੱਛ ਲਓ, ਮੈਨੂੰ ਯਾਦ ਹੈ ਜਦ ਪਹਿਲੇ ਓਲੰਪਿਕ ਹੋਏ ਨਾ, 2008 ਜਿਹੜੇ ਮੈਂ ਆਪਣੀ ਜ਼ਿੰਦਗੀ 'ਚ ਪਹਿਲੇ ਦੇਖੇ, 2008 'ਚ ਬੀਜਿੰਗ ਓਲੰਪਿਕ ਹੋਏ, ਅਭਿਨਵ ਬਿੰਦਰਾ ਨੇ ਮੈਡਲ ਜਿੱਤਿਆ, ਸਡਨਲੀ ਸਾਰੇ ਦੇਸ਼ ਦਾ ਯੂਥ ਆਈਕਨ ਹੋ ਗਿਆ ਸੀ ਅਭਿਨਵ ਬਿੰਦਰਾ। ਅੱਜ ਤੁਹਾਡੇ ਕੋਲ ਰੈਗੂਲਰਲੀ ਹਾਕੀ ਦੀਆਂ ਟੀਮਾਂ ਮੈਡਲਸ ਲਿਆ ਰਹੀਆਂ, ਸਪੋਰਟਸ ਪਰਸਨ ਜਿਹੜਾ ਅੱਛਾ ਕਰ ਰਿਹਾ ਹੈ, ਨੀਰਜ ਚੋਪੜਾ ਤੁਹਾਡੇ ਕੋਲ ਆਈਕਨਸ ਹੈ, ਤੁਸੀਂ ਕੀ ਕਰ ਰਹੇ ਹੋ? ਐਲਵਿਸ਼ ਯਾਦਵ ਵਰਗਿਆਂ ਨੂੰ, ਆ ਸਮੇ ਰੈਨਾ ਵਰਗਿਆਂ ਨੂੰ, ਆ ਜਿਹੜੇ ਬਿਲਕੁਲ ਹੀ ਬਕਵਾਸ ਬੋਲਣ ਵਾਲੇ, ਕੋਈ ਰੋਸਟ ਕਰ ਰਿਹਾ ਕਿਸੇ ਨੂੰ, ਉਹਨਾਂ ਨੂੰ ਤੁਸੀਂ ਹੀਰੇ ਬਣਾ ਕੇ ਰੱਖਤਾ। ਸ਼ਰਮ ਤਾਂ ਉੱਥੇ ਆਉਂਦੀ ਹੈ ਜਦ ਖੱਟੜ ਵਰਗੇ ਮੁੱਖ ਮੰਤਰੀ ਉਹਨਾਂ ਨੂੰ ਸਨਮਾਨਿਤ ਕਰਦੇ ਆ, ਜਦ ਉਹਨਾਂ ਦੀਆਂ, ਐਲਵਿਸ਼ ਯਾਦਵ ਦੀ ਰੈਲੀ ਦੇ ਵਿੱਚ ਜਾ ਕੇ ਉਹਨੂੰ ਸਨਮਾਨਿਤ ਕਰਦਾ ਹੈ ਜਦ ਹਰਿਆਣੇ ਦਾ ਮੁੱਖ ਮੰਤਰੀ। ਔਰ ਉਹ ਕਿਸਾਨਾਂ ਬਾਰੇ ਕੀ ਬੋਲਦਾ ਰਿਹਾ ਮੈਨੂੰ ਅਜੇ ਵੀ ਯਾਦ ਹੈ, ਜਦੋਂ ਪਹਿਲਾਂ ਆਪਾਂ ਅੰਦੋਲਨ। ਸਹੀ ਗੱਲ, ਅੱਜ ਤੱਕ ਉਹ ਗੱਲਾਂ ਚੁੱਭ ਦੀਆਂ ਸਨ, ਤੇ ਅੱਜ ਤੁਸੀਂ ਯੂਥ ਆਈਕਨ ਕਿਹਨੂੰ ਬਣਾ ਕੇ ਰੱਖਤਾ, ਜਿਨ੍ਹਾਂ ਦਾ ਕੰਮ ਹੀ ਦੋ ਬੰਦਿਆਂ ਨੂੰ ਵੀ ਦੂਜਿਆਂ ਨੂੰ ਗਾਲਾਂ ਦੇਣਾ ਤੇ ਯੂਥ ਸਵਾਦ ਲਈ ਜਾਂਦਾ? ਮਤਲਬ ਅੱਗੇ ਹੁੰਦਾ ਸੀ ਨਾ ਵਿਹਲੇ ਬੰਦੇ ਕਹੇ ਜਾਂਦੇ। ਪਰ ਤੁਹਾਨੂੰ ਲੱਗਦਾ ਕਿ ਇੰਸਟਾਗ੍ਰਾਮ ਦਾ ਮਿਸਯੂਜ਼ ਵੀ ਬਹੁਤ ਹੋ ਰਿਹਾ ਕੁੜੀਆਂ ਜਾਂ ਨੌਜਵਾਨਾਂ 'ਚ ਵੀ? ਮਤਲਬ ਖਾਸ ਤੌਰ ਤੇ ਮੈਂ ਜਿਮ ਵਾਲੇ ਜਿਹੜੀ ਟ੍ਰੈਂਡ ਦੀਆਂ ਵੀਡੀਓਜ਼ ਜਿੰਨੀਆਂ ਦੇਖ ਰਿਹਾ, ਉਹ ਜਿਮ ਕਰਨ ਤੋਂ ਵੱਧ ਕੱਪੜੇ ਘੱਟ ਕਿਹਨੇ ਪਾਉਣੇ, ਇਹਦੇ ਵੱਲ ਵੱਧ ਨਹੀਂ ਤੁਰ ਪਏ? ਜਾਂ ਮੈਂ
ਜ਼ਿਆਦਾ ਨੈਗੇਟਿਵ ਸੋਚ ਰਿਹਾ। ਮੈਨੂੰ ਲੱਗਦਾ ਮੱਕੜ ਸਾਹਿਬ ਅਸੀਂ ਨਾ ਕਈ ਵਾਰੀ ਬੰਦੇ ਦੀ ਇੰਟੈਂਸ਼ਨ ਨਹੀਂ ਸਮਝ ਰਹੇ ਹੁੰਦੇ। ਠੀਕ ਹੈ, ਮੈਨੂੰ ਲੱਗਦਾ ਕਿ ਕਿਸੇ ਲਈ ਉਹ ਨੋਰਮਲ ਹੈ ਨਾ, ਹੁਣ ਕਿਸੇ ਦੇ ਕਲਚਰ ਚ ਉਹ ਨੋਰਮਲ ਹੈ, ਕਿਸੇ ਦੇ ਕਲਚਰ ਚ ਮੈਨੂੰ ਵੀ ਪਹਿਲਾਂ ਲੱਗਦਾ ਹੁੰਦਾ ਸੀ ਵੀ ਯਾਰ ਆਪਾਂ, ਕਿਉਂਕਿ ਸਾਡੇ ਕਲਚਰ ਚ ਨਹੀਂ ਹੈ ਉਦਾਂ ਕੱਪੜੇ ਪਾਣੇ, ਹੈ ਨਾ, ਸਾਡੇ ਕਲਚਰ ਚ ਨਹੀਂ ਹੈ ਵੀ ਕੋਈ ਛੋਟੇ ਕੱਪੜੇ ਪਾ ਕੇ ਜਿਮ ਜਾ ਰਿਹਾ ਜਾਂ, ਹੈ ਨਾ, ਕੋਈ ਛੋਟੇ ਕੱਪੜੇ ਪਾ ਕੇ ਜਾਓ ਤੁਹਾਡੀ ਚੋਇਸ ਹੈ, ਪਰ ਤੁਸੀਂ ਦਿਖਾ ਰਹੇ ਹੋ। ਜੇ ਤੁਸੀਂ ਇਹ ਥੋਟ ਨਾਲ ਜਾ ਰਹੇ ਹੋ ਕਿ ਮੇਰੇ ਵਿਊ ਫੋਲੋਅਰ ਵੱਧ ਜਾਣ, ਸਾਨੂੰ ਮਾੜਾ ਭਾਵੇਂ ਲੱਗੀ ਜਾਏ, ਪਰ ਜਦ ਉਹਨਾਂ ਦੀਆਂ ਫੈਮਿਲੀ, ਜਦ ਉਹਨਾਂ ਦੇ ਫੈਮਿਲੀ ਕਲਚਰ ਦੇ ਵਿੱਚ ਜਦ ਉਹਨਾਂ ਦੇ ਵਿੱਚ, ਜਦ ਉਹਨਾਂ ਦੇ ਰਿਲੀਜਨ ਕਲਚਰ ਫੈਮਿਲੀ ਚ ਜਦ ਉਹਨਾਂ ਨੂੰ ਮਾੜਾ ਨਹੀਂ ਲੱਗਦਾ, ਇਹ ਤਾਂ ਸਾਡੇ ਦੇਸ਼ ਦੀ ਆਜ਼ਾਦੀ ਹੈ ਨਾ। ਫਿਰ ਹੁਣ ਨਾ ਤਾਂ ਤੁਸੀਂ, ਅਸੀਂ ਉਹਦੇ ਤੇ ਕਮੈਂਟ ਕਰੀ ਜਾਈਏ, ਮੈਂ ਕਹਿੰਦਾ ਉਹ ਵੀ ਮੇਰੇ ਲਈ ਵੀ, ਮੰਨ ਲਓ ਮੈਂ ਕਿਸੇ ਜਿਮ ਵਾਲੇ ਤੇ ਕਮੈਂਟ ਕਰੀ ਜਾਵਾਂ, ਠੀਕ ਹੈ, ਤਾਂ ਮੈਨੂੰ ਲੱਗਦਾ ਮੈਂ ਵੀ ਵਿਹਲਾ ਹੀ ਹੋ ਗਿਆ ਫਿਰ। ਚਲੋ ਸਾਗਰ ਦੀ ਵੋਟੀ ਨਾਲੋਂ ਤਾਂ ਫਿਰ ਵੀ ਕੁਝ ਕਰ ਹੀ ਰਹੇ ਆ, ਵਰਕਆਊਟ ਤਾਂ ਕਰ ਹੀ ਰਹੇ ਆ, ਹਾਂ, ਮਿਹਨਤ ਤਾਂ ਕਰ ਹੀ ਰਹੇ, ਉਦੋਂ ਬਾਅਦ ਹੀ ਦਿਖਾ ਰਹੇ ਆ। ਸਹੀ ਗੱਲ ਹੈ, ਸਾਗਰ ਦੀ ਵੋਟੀ ਤਰ੍ਹਾਂ ਇਹ ਤਾਂ ਨਹੀਂ ਵੀ ਕੁਝ ਵੀ ਕਰ ਰਹੇ ਆ, ਮਤਲਬ ਕੁਝ ਵੀ ਕੋਈ ਵੀ ਕਰ ਰਹੇ ਆ ਨਾ, ਮੈਂ ਕਹਿੰਦਾ ਕਰੀ ਜਾਣ ਦੋ, ਕੁਝ ਮਾੜਾ ਨਹੀਂ ਹੈ, ਜਦ ਤੱਕ ਨਫ਼ਰਤ ਨਾ ਫੈਲਾਏ। ਫੜੋ ਉਹਨਾਂ ਨੂੰ ਜਿਹੜੇ ਨਫ਼ਰਤ ਫੈਲਾ ਰਹੇ ਆ, ਕੋਈ ਖੁਸ਼ ਹੋ ਕੇ ਆਪਣਾ ਇੱਥੇ ਪਾਰਕ ਚ ਨੱਚੀ ਜਾਏ ਤੇ ਉਹਨੂੰ 2 ਮਿਲੀਅਨ ਵਿਊ ਆ ਗਏ, ਮੈਨੂੰ ਕੀ ਲੈਣਾ ਦੇਣਾ, ਕੀ ਜਾਂਦਾ ਆਪਣਾ ਕੁਝ ਨਹੀਂ। ਜਿਵੇਂ ਉਹ ਨੌਜਵਾਨ ਬਾਰੇ ਬਹੁਤ ਚੰਗਾ ਮਾੜਾ ਬੋਲਿਆ ਗਿਆ ਜਿਹੜਾ ਉਹ ਇੱਕ ਡਾਂਸ ਕਰਦਾ ਮੁੰਡਾ ਸਰਦਾਰ, ਮੈਂ ਨਾਮ ਨਹੀਂ ਯਾਦ ਆ ਰਿਹਾ ਉਹਦਾ, ਗਿੱਧਾ ਪਾਉਂਦਾ ਜਿਹੜਾ ਉਹ ਮੁੰਡਾ, ਬਿਲਕੁਲ ਉਹਨੂੰ ਬਹੁਤ ਬੱਲੂ ਡੀਮੋਟੀਵੇਟ ਕੀਤਾ ਗਿਆ। ਤੁਸੀਂ ਕਹਿ ਰਹੇ ਹੋ ਕਿ ਜੇ ਉਹ ਕਰ ਰਿਹਾ ਠੀਕ ਹੈ, ਉਹਦੀ ਰਜ਼ਾ ਹੈ, ਠੀਕ ਹੈ, ਉਹਦੀ ਰਜ਼ਾ ਨਾ, ਦੁਨੀਆ 'ਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ, ਘੱਟੋ ਘੱਟ ਕੋਈ ਰਿਲੀਜੀਅਸ ਜਾਂ ਕੋਈ ਕਿਸੇ ਨੂੰ ਨਫ਼ਰਤ ਨਹੀਂ ਕਰ ਰਿਹਾ, ਕ੍ਰਾਈਮ ਜਾਂ ਕੋਈ, ਹਾਂ, ਉਹ ਕਿਸੇ ਦਾ ਦਿਲ ਨਹੀਂ ਦੁਖਾ ਰਿਹਾ, ਉਹ ਕਿਸੇ ਨੂੰ ਨਫ਼ਰਤ ਨਹੀਂ ਕਰ ਰਿਹਾ, ਜੇ ਬੱਲੂ ਰਾਮ ਗੜੀਆ ਆਪਣਾ ਗਿੱਧਾ ਪਾ ਕੇ ਉਹਨੂੰ ਖੁਸ਼ੀ ਮਿਲਦੀ ਹੈ, ਉਹਦੇ ਪਰਿਵਾਰ ਨੂੰ ਖੁਸ਼ੀ ਮਿਲਦੀ ਹੈ, ਜਾਂ ਉਹਨੂੰ ਦੇਖਣ ਵਾਲਿਆਂ ਨੂੰ ਖੁਸ਼ੀ ਮਿਲ ਰਹੀ ਹੈ, ਉਹਨੂੰ ਕੋਈ ਇਤਰਾਜ਼ ਨਹੀਂ, ਠੀਕ ਹੈ, ਜੇ ਉਹਨੂੰ ਇਤਰਾਜ਼ ਨਹੀਂ। ਹਾਂ, ਕਈ ਵਾਰੀ ਕੀ ਹੁੰਦਾ ਕਿ ਤੁਸੀਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਦਿੰਦੇ ਹੋ, ਜਿਵੇਂ ਮੰਨ ਲਓ ਮੈਂ ਦਸਤਾਰ ਬੰਨ ਕੇ ਕੋਈ ਏਦਾਂ ਦੇ ਕੰਮ ਕਰਾਂ, ਉਹ ਤਾਂ ਮੈਂ ਵੀ ਇੱਕ ਐਪੀਸੋਡ ਕੀਤਾ ਸੀਗਾ, ਜਿਵੇਂ ਉਹ ਮੁੰਡੇ ਦੇ ਬਾਰੇ ਆਪਾਂ ਗੱਲ ਕਰਦੇ ਆ ਜਿਹੜਾ ਉਹ ਮੇਕਅਪ ਜੇ ਕਰੀ ਫਿਰਦਾ, ਵੀ ਜਿੱਦਾਂ ਦੇ ਉਹ, ਜਿੱਦਾਂ ਦਾ ਉਹ ਹਰਕਤਾਂ ਕਰਦਾ, ਚਲੋ ਮੇਕਅਪ ਵੀ ਕਰਦਾ ਹੋਏ, ਮੇਕਅਪ ਬੜੇ ਲੋਕ ਸ਼ੂਟ ਕਰਾਉਣ ਲੱਗੇ ਕਰ ਲੈਂਦੇ, ਪਰ ਜਿੱਦਾਂ ਦੀਆਂ ਹਰਕਤਾਂ ਕਰਦਾ ਉਹ ਆਮ ਬੰਦਾ ਵੀ ਨਹੀਂ। ਜਿਵੇਂ ਹੁਣ ਪਟਿਆਲੇ ਤੋਂ ਜਸਲੀਨ ਹੈ, ਉਹ ਪਹਿਲਾਂ ਮੁੰਡਾ ਸੀ, ਸਰਦਾਰ ਮੁੰਡਾ ਸੀ, ਫਿਰ ਉਹ ਬਾਅਦ ਚ ਉਹਨੇ ਕਿਹਾ ਕਿ ਨਹੀਂ ਮੈਂ ਟਰਾਂਸਜੈਂਡਰ ਆ, ਮਤਲਬ ਮੇਰੇ ਅੰਦਰ ਇੱਕ ਔਰਤ ਹੈ, ਉਹ ਬਾਅਦ ਚ ਉਹਨੇ ਤਬਦੀਲੀ ਕੀਤੀ, ਬਿਲਕੁਲ, ਤੇ ਅੱਜ ਉਹ ਔਰਤ ਦੀ ਤਰ੍ਹਾਂ ਰਹਿੰਦੀ ਹੈ। ਮੈਨੂੰ ਲੱਗਦਾ ਜਿਵੇਂ ਧਨੰਜੇ, ਮੈਨੂੰ ਲੱਗਦਾ ਹਰ ਬੰਦੇ ਨੂੰ ਅਸੀਂ ਧਨੰਜੇ ਨੂੰ ਬੁਲਾ ਕੇ ਸਨਮਾਨਿਤ ਕੀਤਾ ਸੀ, ਉਹਨਾਂ ਕਰਕੇ ਪਹਿਲਾ ਟਰਾਂਸਜੈਂਡਰ ਵਾਸ਼ਰੂਮ ਬਣਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ। ਮੈਂ ਕਹਿੰਦਾ ਹਰ ਬੰਦੇ ਨੂੰ ਆਪਣੀ ਤਰ੍ਹਾਂ ਜੀਣ ਦਾ ਅਧਿਕਾਰ ਹੈ, ਤੁਸੀਂ ਜਿੱਦਾਂ ਜੀਣਾ ਚਾਹੋ ਜੀਓ। ਹਾਂ, ਪਰ ਜੇ ਮੈਂ ਕਹਾਂ ਕਿ ਮੈਂ ਇਸ ਧਰਮ ਦਾ, ਮੰਨ ਲਓ ਮੇਰੀ ਇੰਸਟਾਗ੍ਰਾਮ ਬਾਇਓ ਤੇ ਲਿਖਿਆ ਹੋਏ ਸਿੱਖ ਫੈਸ਼ਨ ਇਨਫਲੂਐਂਸਰ, ਹਾਂ, ਜੇ ਮੈਂ ਲਿਖਤਾ ਸਿੱਖ ਫੈਸ਼ਨ ਇਨਫਲੂਐਂਸਰ ਤੇ ਫਿਰ ਮੈਂ ਸਿੱਖਾਂ ਵਾਲੇ ਕੰਮ ਨਹੀਂ ਕਰ ਰਿਹਾ, ਦੈਟ ਮੀਨਸ ਮੈਂ ਸਿੱਖੀ ਨੂੰ ਢਾ ਲਾਣ ਲਈ ਉਹ ਕੰਮ ਕਰ ਰਿਹਾ। ਠੀਕ ਹੈ, ਪਰਸਨਲ ਕੈਪੈਸਿਟੀ ਜੋ ਮਰਜ਼ੀ ਕਰੇ, ਤੁਸੀਂ ਫੈਸ਼ਨ ਇਨਫਲੂਐਂਸਰ ਲਿਖੋ ਜੋ ਮਰਜ਼ੀ ਕਰੋ, ਬਿਲਕੁਲ ਉਹਦੇ ਵਿੱਚ ਠੀਕ ਹੈ, ਇੱਕ ਪਾਸਾ ਕਰ ਲਓ। ਸਰਤਾਜ ਦੀ ਗੱਲ ਮੈਨੂੰ ਬੜੀ ਵਧੀਆ ਲੱਗਦੀ ਹੈ ਕਿ ਕਰਕੇ ਹੌਸਲਾ ਵੇ ਹੋ ਜਾ, ਇੱਕੋ ਪਾਸੇ ਜਾਂ ਤਾਂ ਕੱਖ ਬਣ ਜਾ ਕਮਾਲ ਬਣ ਜਾ, ਮਤਲਬ ਦੋਹਾਂ ਬੇੜੀਆਂ 'ਚ ਪੈਰ ਧਰਨ ਵਾਲਾ ਕੰਮ ਨਹੀਂ। ਸੋ ਯੂਥ ਦੀ ਜਿਹੜੀ ਇੰਸਟਾਗ੍ਰਾਮ ਦੀ ਤੁਸੀਂ ਗੱਲ ਕੀਤੀ ਨਾ, ਮੈਨੂੰ ਲੱਗਦਾ ਤੁਹਾਡੇ ਮੇਰੇ ਕਹਿਣ ਨਾਲ ਕਿਸੇ ਨੇ ਰੁਕਣਾ ਨਹੀਂ, ਜੋ ਜਿੱਦਾਂ ਇੰਸਟਾਗ੍ਰਾਮ ਚਲਾਉਂਦਾ ਚਲਾਏ, ਪਰ ਹੱਥ ਜੋੜ ਕੇ ਬੇਨਤੀ ਹੈ, ਹੱਥ ਜੋੜ ਕੇ ਬੇਨਤੀ ਸਾਰੇ ਨੌਜਵਾਨਾਂ ਨੂੰ, ਨਫ਼ਰਤ ਦੀ ਖੇਡ ਖੇਡਣੀ ਬੰਦ ਕਰੋ। ਜਿਹੜੀਆਂ ਸਰਕਾਰਾਂ ਆ, ਜਿਹੜੇ ਪੇਜ ਇੰਸਟਾਗ੍ਰਾਮ ਦੇ ਨਫ਼ਰਤ ਇੰਜੈਕਟ ਕਰ ਰਹੇ ਆ ਤੁਹਾਡੇ ਅੰਦਰ, ਇਹਨਾਂ ਤੋਂ ਬਚੋ। ਭਾਵੇਂ ਉਹ ਕੋਈ ਪੰਜਾਬ ਦਾ ਹੋਏ ਰੈਡੀਕਲ ਪੇਜ, ਭਾਵੇਂ ਉਹ ਕੋਈ ਨੈਸ਼ਨਲ ਦਾ ਹੋਏ ਰੈਡੀਕਲ ਪੇਜ, ਉਹ ਤੁਹਾਡੇ ਅੰਦਰ ਨਫ਼ਰਤਹੀਨ ਭਾਵਨਾ ਪੈਦਾ ਕਰ ਰਿਹਾ। ਉਹਦਾ ਇੰਪੈਕਟ ਇਹ ਹੋ ਗਿਆ ਕਿ ਸਾਡੇ ਲੋਕਲ, ਅਸੀਂ ਹਿੰਦੂ ਸਿੱਖ ਬੜਾ ਭਾਈਚਾਰਾ ਪੰਜਾਬ 'ਚ ਸਜਦਾ ਹੀ ਰਿਹਾ, ਦਿੱਲੀ ਦੇ ਵਿੱਚ ਵੀ, ਪਰ ਅੱਜ ਕਿਤੇ ਨਾ ਕਿਤੇ ਨਾ ਮੈਨੂੰ ਨਜ਼ਰਾਂ ਦੇ ਵਿੱਚ ਉਹ ਕਮੈਂਟਸ ਜਿਹੜੇ ਇੰਸਟਾਗ੍ਰਾਮ 'ਤੇ ਹੁੰਦੇ ਆ ਨਾ, ਉਹ ਨਜ਼ਰਾਂ 'ਚ ਆਉਣ ਲੱਗ ਗਏ ਆ, ਉਹ ਦਿਖਣੇ ਸ਼ੁਰੂ ਹੋ ਗਏ। ਸਾਨੂੰ ਸੀਰੀਅਸ ਲੈਣਾ ਪਊਗਾ, ਸੀਰੀਅਸ ਲੈਣਾ ਪਊਗਾ। ਸ਼ੁਰੂ ਸ਼ੁਰੂ 'ਚ ਉਹ ਇੰਨੀ ਵੱਡੀ ਗ੍ਰੈਵਿਟੀ ਨਹੀਂ ਸੀਗੀ, ਪਰ ਅੱਜ ਤਾਂ
ਅਸੀਂ ਦੇਖ ਰਹੇ ਹਾਂ ਕਿ ਜੋ ਆਮ ਘਰਾਂ ਤੱਕ ਪਹੁੰਚ ਕੀ ਗੱਲ ਤਾਂ ਸੀਰੀਅਸ ਲੈਣਾ, ਹਲੇ ਉਹ ਮੂੰਹ ਤੇ ਨਹੀਂ ਆ ਰਹੇ, ਹਲੇ ਮੂੰਹ ਤੇ ਪੀਣਾ ਮੂੰਹ ਤੇ ਨਹੀਂ ਆ ਰਿਹਾ, ਹਲੇ ਕਮੈਂਟਾਂ ਚ ਨਾ, ਪਰ ਜਿਹਨੂੰ ਦਿਲਾਂ ਚ ਹੈ ਵੀ ਨਹੀਂ ਹੈ, ਦਿਲਾਂ ਚ ਨਹੀਂ, ਦਿਲਾਂ ਚ ਮੈਂ ਉਹੀ ਕਹਿ ਰਿਹਾ, ਅਸੀਂ ਆਪਣੇ ਸਾਰੇ ਹਿੰਦੂ ਸਿੱਖ ਅਸੀਂ ਦੋਸਤ ਇਕੱਠੇ ਰਹਿੰਦੇ ਹਾਂ, ਤੁਹਾਡੀ IOC ਚ ਤਕਰੀਬਨ ਸਾਰੇ ਹਿੰਦੂ ਸਿੱਖ ਸਾਰੇ ਬਰਾਬਰ ਹੋ ਨਾ, ਤਾਂ ਇੱਕ ਦੂਜੇ ਪ੍ਰਤੀ ਕੌਣ ਵਰਤਦਾ ਯਾਰ, ਆਪਾਂ ਨੂੰ ਲੱਸੀ ਕਹਿ ਕੇ ਕੋਈ ਵੀ ਨਹੀਂ ਕਹਿੰਦਾ, ਕੋਈ ਵੀ ਨਹੀਂ ਕਹਿੰਦਾ, ਪਰ ਮੈਂ ਹੀ ਕਹਿੰਦਾ ਜਿਹਨੂੰ ਅਸੀਂ ਨਾਰਮਲਾਈਜ਼ ਕਰਦੇ ਰਹੇ ਤਾਂ ਕਿਤੇ ਨਾ ਕਿਤੇ ਆ ਇੰਜੈਕਟ ਨਾ ਹੌਲੀ ਹੌਲੀ ਪੀੜੀ ਦਰ ਪੀੜੀ ਹੋ ਜਾਊਗਾ, ਤੁਸੀਂ ਹੁਣ ਗਰਾਊਂਡ ਤੇ ਆ ਜਾਊਗਾ, ਇੱਕ 10 ਸਾਲਾਂ ਚ ਆ ਜਾਊਗਾ ਜੀ, ਕਿਉਂ ਨਹੀਂ ਆਊਗਾ? 84 ਚ ਕੀ ਹੋਇਆ ਮੱਕੜ ਸਾਹਿਬ, 84 ਦੇ ਵਿੱਚ ਕੀ ਹੋਇਆ? 80 ਤੋਂ ਲੈ ਕੇ 84 ਤੱਕ ਨੈਰੇਟਿਵ ਬਣਾਇਆ ਗਿਆ ਸਿੱਖਾਂ ਦੇ ਖਿਲਾਫ, ਇਹ ਨੈਰੇਟਿਵ ਬਣਾਇਆ ਗਿਆ ਕਿ ਜੀ ਹਿੰਦੂਆਂ ਨੂੰ ਕੱਢ ਕੱਢ ਕੇ ਮਾਰਿਆ, ਕਿਹਨੇ ਮਾਰਿਆ? ਤੁਸੀਂ ਕੱਲ ਪਰਸੋਂ ਗੱਲ ਕਰ ਰਹੇ ਸੀ ਇੱਕ ਇੰਟਰਵਿਊ ਦੇ ਵਿੱਚ, ਇਹ ਨੈਰੇਟਿਵ ਬਣਾਏ ਗਏ ਨਾ, ਬੜੇ ਲੋਕ ਉਹਨੂੰ ਸੱਚ ਮੰਨਣ ਲੱਗ ਗਏ, ਉਹ ਹੌਲੀ ਹੌਲੀ ਉਹਨਾਂ ਦੀ ਰਿਐਲਿਟੀ ਬਣ ਗਈ ਉਹ ਚੀਜ਼, ਉਹਨਾਂ ਨੇ ਅੱਗੋਂ ਆਪਣੇ ਬੱਚਿਆਂ ਨੂੰ ਦੱਸਤਾ, ਉਹਨਾਂ ਨੇ ਮਾਰੇ 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 ਮਾਰੇ, ਝੂਠ ਨੂੰ ਕਿੰਨੀ ਵਾਰੀ ਬੋਲੀ ਜਾਓ ਤੇ ਉਹ ਪੀੜੀ ਦਰ ਪੀੜੀ ਉਹਦਾ ਭਾਵੇਂ ਉਹ ਸੱਚ ਨਹੀਂ ਬਣ ਜਾਂਦਾ ਪਰ ਉਹਦਾ ਪਰਿਵਾਰ ਉਹਨੂੰ ਸੱਚ ਮੰਨਣ ਲੱਗ ਜਾਂਦਾ। ਇਸ ਲਈ ਝੂਠ ਨੂੰ ਬਾਰ ਬਾਰ ਜੇ ਕੋਈ ਪਸਾਰ ਰਿਹਾ ਉਹਦੇ ਖਿਲਾਫ ਬੋਲੋ, ਨਫ਼ਰਤ ਨੂੰ ਜੇ ਕੋਈ ਪਸਾਰ ਰਿਹਾ ਬੋਲੋ ਤਾਂ ਕਿ ਮੇਰੇ ਘਰ 'ਚ ਨਫ਼ਰਤ ਨਾ ਵੜੇ, ਸਮਾਜ ਨੂੰ ਛੱਡੋ, ਜੇ ਮੈਂ ਅੱਜ ਨਫ਼ਰਤ ਨੂੰ ਰੋਕੂੰਗਾ ਨਹੀਂ ਤਾਂ ਕੱਲ੍ਹ ਨੂੰ ਮੇਰੇ ਘਰ 'ਚ ਵੜ ਸਕਦੀ ਆ। ਔਰ ਵੋਟ ਜ਼ਰੂਰ ਪਾਓ, ਵੋਟ ਜ਼ਰੂਰ ਪਾਓ, ਮੈਂ ਸਾਰਿਆਂ ਨੂੰ ਕਹਿੰਦਾ ਜਾ ਕੇ ਨੋਟਾ ਦਬਾਓ, ਤੁਹਾਨੂੰ ਸਾਰੇ ਚੋਰ ਲੱਗਦੇ ਆ ਨਾ, ਸਾਰੇ ਚੋਰ ਲੱਗਦੇ, ਘਰੇ ਬਹਿ ਕੇ ਬੋਲਣ ਦਾ ਕੀ ਫਾਇਦਾ? ਮੰਨ ਲਓ ਮੇਰੇ ਘਰੇ ਚੋਰ ਆਇਆ, ਮੈਂ ਆਖਰੀ ਗੱਲ ਕਹਿਣੀ ਮੇਰੇ ਘਰੇ ਚੋਰ ਆਇਆ, ਮੈਂ ਕਹਾਂ ਚੋਰ ਹੈ, ਉਹ ਚੋਰੀ ਕਰੀ ਜਾ ਰਿਹਾ, ਮੈਂ ਕਹਿੰਦਾ ਚੋਰ ਹੈ ਜੀ ਚੋਰ ਹੈ, ਉਹ ਚੋਰੀ ਕਰਕੇ ਚਲਾ ਗਿਆ, ਮੈਂ ਕਹਾਂ ਚੋਰ ਹੀ ਸੀ ਯਾਰ, ਆਹ ਕੀ ਗੱਲ ਬਣੀ? ਜੇ ਤੁਹਾਨੂੰ ਲੱਗ ਰਿਹਾ ਚੋਰ ਹੈ ਜਾਓ EVM ਤੇ ਦੱਬੋ ਕੇ ਭਾਜੀ ਮੇਰੇ ਤੁਹਾਡੇ ਘਰੇ ਚੋਰ ਆਏਗਾ, ਮੁਹੱਲੇ ਜਾ ਕੇ ਰੌਲਾ ਪਾਓਗੇ, ਮੁਹੱਲੇ ਜਾ ਕੇ ਰੌਲਾ ਪਾਓਗੇ ਚੋਰ ਆਇਆ, ਉਹ ਮੁਹੱਲੇ ਜਾ ਕੇ ਰੌਲਾ ਪਾਉਣਾ ਡੈਮੋਕ੍ਰੇਸੀ ਚ ਕੀ ਹੈ? ਜੇ ਤੁਹਾਨੂੰ ਲੱਗਦਾ ਸਾਰੇ ਚੋਰ ਹੈ EVM ਤੇ ਜਾ ਕੇ ਨੋਟਾ ਦੱਬੋ, ਇਲੈਕਸ਼ਨ ਕਮਿਸ਼ਨ ਤਾਂ ਕਹਿੰਦਾ ਜੇ ਨੋਟਾ ਜ਼ਿਆਦੇ ਹੋ ਗਏ ਤਾਂ ਉੱਥੇ ਇਲੈਕਸ਼ਨ ਦੁਬਾਰਾ ਕਰਾ ਦਿੱਤਾ ਜਾਏਗਾ, ਸਸਪੈਂਡ ਹੋ ਜਾਣਗੇ, ਬੜਾ ਕੁਛ ਹੈ, ਤੁਸੀਂ ਪਾਈ ਚਲੋ ਨੋਟਾਂ ਜਾਂ ਤਾਂ ਸਾਰੇ ਚੋਰ ਲੱਗਦੇ ਆ, ਪਾਰਟੀਸਪੇਟ ਤਾਂ ਕਰੋ ਨਾ, ਵੋਟ ਬੈਂਕ ਦੀ ਰਾਜਨੀਤੀ ਨੂੰ, ਧਰਮ ਦੀ ਰਾਜਨੀਤੀ ਨੂੰ, ਨੋਟ ਦੀ ਰਾਜਨੀਤੀ ਨੂੰ, ਨਸ਼ੇ ਦੀ ਰਾਜਨੀਤੀ ਨੂੰ ਕੱਟਣ ਦਾ ਇੱਕੋ ਹੀ ਤਰੀਕਾ, ਸਾਰੇ ਵੋਟ ਪਾਉਣ ਲੱਗ ਜਾਓ, ਸਾਰੇ ਨਹੀਂ ਖਰੀਦੇ ਜਾ ਸਕਦੇ। ਬਹੁਤ ਧੰਨਵਾਦ ਗੌਰਵ, ਸਮਾਂ ਦਿੱਤਾ ਔਰ ਖੁੱਲ ਕੇ ਤੁਸੀਂ ਇਸ ਬਾਰੇ ਗੱਲਾਂ ਕੀਤੀਆਂ, ਧੰਨਵਾਦ ਜੀ। ਸੋ ਬਹੁਤ ਇੰਪੋਰਟੈਂਟ ਗੱਲਾਂ ਨੇ, ਬਹੁਤ ਕੁਛ ਇਹਦੇ ਚੋਂ ਅੱਜ ਕੱਢਣ ਨੂੰ ਹੈ। ਗੌਰਵ ਛੋਟੀ ਉਮਰ ਦੇ ਵਿੱਚ ਵੱਡਾ ਤਜਰਬਾ ਹਾਸਲ ਕਰਕੇ ਬੈਠੇ ਹੈ ਔਰ ਖਾਸ ਤੌਰ 'ਤੇ ਯੂਥ ਇਹਨਾਂ ਨੂੰ ਸੁਣਦਾ ਹੈ, ਸੋ ਲਾਜ਼ਮੀ ਸੀ ਕਿ ਅੱਜ ਗੌਰਵ ਦੇ ਨਾਲ ਇਹ ਗੱਲਬਾਤ ਕਰਦੇ। ਪੂਰੇ ਇਲੈਕਸ਼ਨ ਦੀ ਕਵਰੇਜ ਕਰਾਂਗੇ, ਘਰ ਘਰ ਤੱਕ ਜਾਵਾਂਗੇ, ਸਵਾਲ ਤੁਹਾਡੇ ਲੀਡਰਾਂ ਨੂੰ ਪੁੱਛਾਂਗੇ। ਦੇਖਦੇ ਰਹੋ SMTV।